ਪੁਲਿਸ ਵਾਲੇ ਜਿਨ੍ਹਾਂ ਦੀ ਜ਼ਿੰਮੇਵਾਰੀ ਲੋਕਾਂ ਦੀ ਰੱਖਿਆ ਕਰਨ ਦੀ ਹੈ ਉਹ ਬੇਕਸੂਰ ਨੌਜਵਾਨਾਂ ਦੀਆਂ ਪਿੱਠਾਂ ਪਾੜ ਰਹੇ ਸੀਗੇ ਉਹ ਬੇਕਸੂਰ ਨੌਜਵਾਨਾਂ ਦੇ ਪੱਟਾਂ ਨੂੰ ਚੀਰ ਕੇ ਲੂਣ ਪਰਦੇ ਸੀ ਉਹ ਸਾਡੇ ਨੌਜਵਾਨਾਂ ਨੂੰ ਕੜਾਹਿਆਂ 'ਚ ਉਬਾਲਦੇ ਸੀ ਇਸ ਤਰ੍ਹਾਂ ਦੇ ਮੈਂ ਕਹਿੰਦਾ ਸਰਕਾਰੀ ਸ਼ਹਿਦ ਉੱਤੇ ਇਹ ਜਿਹੜੇ ਅੱਤਵਾਦੀ ਪਲੇ ਹੋਏ ਨੇ ਤਾਂ ਇਹਨਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਦੋਨੋਂ ਇੰਸਪੈਕਟਰ ਜਿਹੜੇ ਨੇ ਉਹਨਾਂ ਨੇ ਦੱਸੀ ਹੈ ਮੁਲਤਾਨੀ ਜੀ ਦੇ ਬਾਅਦ ਦੇ ਵਿੱਚ ਉਹਦੇ ਡੰਡੇ ਨੂੰ ਠੁੱਡੇ ਮਰਵਾਏ ਗਏ ਐਸ ਕਿਸਮ ਦਾ ਜਿਹੜਾ ਤਸ਼ੱਦਦ ਸਿਪਾਹੀ ਲੈਵਲ ਦੇ ਬੰਦੇ ਵੀ ਐਸਐਸਪੀ ਤੱਕ ਪਹੁੰਚੇ ਨੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਇਹਨਾਂ ਦੀ ਸਾਰੀ ਜੁੰਡਲੀ ਅੱਜ ਇਹ ਮੂੰਹ 'ਚ ਘੁੰਗਰੀਆਂ ਪਾ ਕੇ ਬੈਠੇ ਨੇ ਇਹ ਚੁੱਪ ਇਹ ਦੱਸਣ ਸਾਰੀ ਕੌਮ ਨੂੰ ਕਿਹੜੀ ਮਜਬੂਰੀ ਸੀਗੀ ਸੁਮੇਤ ਸੈਣੀ ਵਰਗੇ ਦਰਿੰਦੇ ਨੂੰ ਤੁਸੀਂ ਪੁਲਿਸ ਦੀ ਸਾਰੀ ਕਮਾਂਡ ਸਮਾਹ ਦਿੱਤੀ ਇੱਕ ਤਾਂ ਖੁਦ ਬੰਦਾ ਡੀਜੀਪੀ ਰਿਹਾ ਹੋਵੇ ਜਿਹੜਾ ਲੋਕਾਂ ਨੂੰ ਕਾਨੂੰਨ ਦੀਆਂ ਮੱਤਾਂ ਆਮ ਲੋਕਾਂ ਨੂੰ ਨਹੀਂ ਸਾਰੀ ਪੁਲਿਸ ਨੂੰ ਜਿਹੜਾ ਕਾਨੂੰਨ ਸਮਝਾਉਂਦਾ ਰਿਹਾ ਹੋਵੇ ਕਿਸੇ ਵਕਤ ਅੱਜ ਉਹ ਭਗੌੜਾ ਹੋਇਆ ਤੁਰਿਆ ਫਿਰੇ ਜ਼ਿਲ੍ਹਾ ਜੈਡ ਸਕਿਉਰਿਟੀ ਦੇ ਵਿੱਚ ਜਿਹੜੇ ਮੁਲਾਜ਼ਮ ਡਿਊਟੀਆਂ ਕਰ ਰਹੇ ਨੇ ਉਹਨਾਂ ਨੂੰ ਪੁੱਛੋ ਸੁਮੇਤ ਸੈਣੀ ਕਿਵੇਂ ਤੁਸੀਂ ਦਵਲਤਾ ਜਦੋਂ ਤੁਸੀਂ ਬੇਕਸੂਰ ਸਿੱਖ ਨੌਜਵਾਨਾਂ ਨੂੰ ਚੁੱਕਦੇ ਹੋ ਉਦੋਂ ਉਹ ਆਸੇ-ਪਾਸੇ ਜੇ ਹੋ ਜਾਣ ਨਾ ਤੁਹਾਡੀ ਪકડ ਚਾਉਣ ਤੁਸੀਂ ਉਹਨਾਂ ਦੀਆਂ ਭੈਣਾਂ ਨੂੰ ਚੁੱਕਦੇ ਹੋ ਉਹਨਾਂ ਦੇ ਪਰਿਵਾਰਾਂ ਨੂੰ ਚੁੱਕਦੇ ਰਹੇ ਹੋ ਪਿਛਲੇ ਸਮਿਆਂ ਦੇ ਵਿੱਚ ਜਦੋਂ ਸੁਮੇਲ ਸੈਣੀ ਇਹਨਾਂ ਬਾਰੇ ਦੱਸੂ ਕਿ ਮੈਂ ਜਿਹੜੀਆਂ ਕਰਤੂਤਾ ਕੀਤੀਆਂ ਨੇ ਮੈਂ ਜਿਹੜੇ ਪਾਪ ਕੀਤੇ ਨੇ ਉਹਦੇ ਵਿੱਚ ਫਲਾਣੇ-ਫਲਾਣੇ ਲੀਡਰ ਭਾਗੀਦਾਰ ਨੇ ਤੇ ਇਸ ਕਰਕੇ ਲੀਡਰਾਂ ਨੂੰ ਸਾਰਿਆਂ ਨੂੰ ਡਰ ਲੱਗ ਰਿਹਾ ਸੁਮੇਧ ਸੈਣੀ ਪਘੋੜਾ ਤਾਂ ਹੈ ਹੀ ਹੈ ਮੈਂ ਕਹਿੰਦਾ ਬਹੁਤ ਵੱਡਾ ਅਤਵਾਦੀ ਹੈ ਆ ਹੁਣ ਸਾਰੀਆਂ ਜਿੰਨੀਆਂ ਰਾਜਨੀਤਿਕ ਪਾਰਟੀਆਂ ਨੇ ਭਾਵੇਂ ਉਹ ਕਾਂਗਰਸ ਹੈ ਭਾਵੇਂ ਉਹ ਬਾਦਲਕੇ ਨੇ ਭਾਵੇਂ ਉਹ ਆਪ ਵਾਲੇ ਨੇ ਜਾਂ ਕੋਈ ਹੋਰ ਨੇ ਮੈਂ ਇਨ੍ਹਾਂ ਕਿਸੇ ਲੀਡਰ ਦਾ ਬਿਆਨ ਸੁਮੇਧ ਸੈਣੀ ਤੇ ਘੁੰਗਣੀਆਂ ਪਾ ਕੇ ਕਿਉਂ ਬੈਠੇ ਨੇ ਅਕਾਲ ਚੈਨਲ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਨਿੱਗਾ ਸਵਾਗਤ ਮੈਂ ਹਾਂ ਜਗਮੀਤ ਸਿੰਘ ਖੱਪਿਆਲੀ ਅੱਜ ਅਸੀਂ ਗੱਲਬਾਤ ਕਰਾਂਗੇ ਪੰਜਾਬ ਪੁਲਿਸ ਦੇ ਡੀਜੀਪੀ ਰਹਿ ਚੁੱਕੇ ਸੁਮੇਤ ਸੈਣੀ ਦੇ ਸਬੰਧ ਦੇ ਵਿੱਚ ਸੁਮੇਤ ਸੈਣੀ ਇੱਕ ਉਹ ਸ਼ਖਸ਼ਾ ਜਿਹੜਾ ਬਾਦਲਾਵੱਲੋਂ ਡੀਜੀਪੀ ਜਿਹੜਾ ਪੰਜਾਬ ਦਾ ਲਾਇਆ ਗਿਆ ਸੀ ਪਰ ਉਸ ਤੋਂ ਬਾਅਦ ਉਹਦੇ ਤੇ ਜਿਹੜੇ ਇਲਜ਼ਾਮ ਲੱਗਦੇ ਨੇ ਜਿਵੇਂ ਬਰਗਾੜੀ ਦੇ ਵਿੱਚ ਗੋਲੀ ਕਾਂਡ ਹੁੰਦਾ ਉਹ ਤੋਂ ਵੀ ਉਹ ਡੀਜੀਪੀ ਸਨ ਉਮਰਾਨੰਗਲ ਆਈਜੀ ਸਨ ਪਰ ਉਸ ਤੋਂ ਪਹਿਲਾਂ ਜੇਕਰ ਵੱਡੀ ਕਾਂਡ ਦੀ ਗੱਲ ਕਰੀਏ ਤਾਂ ਬਲਵੰਤ ਸਿੰਘ ਮਲਤਾਨੀ ਜਿਹੜੇ ਹੋਏ ਨੇ ਉਹਨਾਂ ਨੂੰ ਇਹਨਾਂ ਨੇ ਚੱਕਿਆ ਸੀਗਾ ਘਰ ਤੋਂ ਉਸ ਤੋਂ ਬਾਅਦ ਉਹਨਾਂ 'ਤੇ ਕਿੰਨਾ ਤਸ਼ੱਦਦ ਦਿੱਤਾ ਗਿਆ ਜਿਹੜਾ ਇੱਕ ਛੋਟਾ ਗੁਪਤ ਅੰਗਾ ਦੇ ਵਿੱਚ ਪਾ ਕੇ ਕਿਵੇਂ ਠੁੱਡੇ ਮਾਰਨੇ ਇੱਕ ਪੁਲਿਸ ਅਫਸਰ ਵੱਲੋਂ ਕਿਹੜੇ ਕਾਨੂੰਨ ਦੇ ਵਿੱਚ ਲਿਖਿਆ ਕਿ ਐਡਾਂ ਦੇ ਜਿਹੜੇ ਭੈੜੇ ਤਸ਼ੱਦਦ ਜਿਹੜੇ ਉਹ ਕਿਸੇ ਨਾਲ ਕੀਤੇ ਜਾਣ ਚਾਹੇ ਉਹ ਸਿੱਖ ਹੋਵੇ ਚਾਹੇ ਹਿੰਦੂ ਹੋਵੇ ਮੁਸਲਮ ਹੋਵੇ ਇਸਾਈ ਹੋਵੇ ਪਰ ਐਦਾਂ ਦਾ ਕਿਸੇ ਨਾਲ ਵੀ ਕਿਸੇ ਵੀ ਕਾਨੂੰਨ ਦੇ ਵਿੱਚ ਨਹੀਂ ਆਉਂਦਾ ਕਿ ਨਾ ੱ ਧੱਕਾ ਜਿਹੜਾ ਕਿਸੇ ਨਾਲ ਕੀਤਾ ਜਾਵੇ ਉਹਦੇ ਤਾਂ ਗਵਾਹ ਸਾਹਮਣੇ ਆ ਜਾਂਦੇ ਨੇ ਤੇ ਪਤਾ ਲੱਗ ਜਾਂਦਾ ਹੈ ਕਿ ਉਹਨਾਂ ਦੇ ਨਾਲ ਸੁਮੇਤ ਸੈਣੀ ਵੱਲੋਂ ਤੱਕਾ ਕੀਤਾ ਗਿਆ ਸੀ ਪਰ ਹੋਰ ਕਿੰਨੇ ਬਲਵੰਤ ਸਿੰਘ ਮਲਤਾਨੀ ਹੋਣਗੇ ਜਿਨ੍ਹਾਂ ਦੇ ਨਾਲ ਅਜੇ ਹੱਤ ਤਸ਼ੱਦਦ ਹੋਇਆ ਹੋਵੇਗਾ ਪਰ ਉਹ ਸਾਹਮਣੇ ਨਹੀਂ ਆਏ ਕਿੰਨੇ ਘਰਾਂ ਦੇ ਵਿੱਚੋਂ ਪੁੱਤ ਚੁੱਕੇ ਹੋਣਗੇ ਜਿਹੜੇ ਜੇਲਾਂ ਥਾਣਿਆਂ ਤੱਕ ਨਹੀਂ ਪਹੁੰਚੇ ਹੋਣਗੇ ਕਿੱਧਰ ਗਏ ਕਿੱਧਰ ਨਹੀਂ ਲਾ ਪਤਾ ਹੋਏ ਉਹਦਾ ਅਸਲ ਜ਼ਿੰਮੇਵਾਰ ਕੌਣ ਸੀਗਾ ਹੁਣ ਸੁਮੇਤ ਸੈਣੀ ਜਿਹੜੇ ਹੈਗੇ ਨੇ ਉਹਨਾਂ ਦੇ ਖਿਲਾਫ ਗੈਰ ਕਾਨੂੰਨੀ ਗੈਰ ਜਮਾਨਤੀ ਸੌਰੀ ਵਾਰੰਟ ਜਿਹੜੇ ਉਹ ਜਾਰੀ ਕਰ ਦਿੱਤੇ ਗਏ ਨੇ ਕੋਰਟ ਵੱਲੋਂ ਕਿ 25 ਤੱਕ ਉਹਨਾਂ ਦੀ ਜਿਹੜੀ 25 ਸਤੰਬਰ ਤੱਕ ਜਿਹੜੀ ਉਹਨਾਂ ਦੀ ਗ੍ਰਿਫਤਾਰੀ ਕਰਕੇ ਉਹਦੇ ਜਿਹੜੇ ਆਦੇਸ਼ ਜਿਹੜੇ ਆ ਦੇ ਦਿੱਤੇ ਗਏ ਨੇ ਕੀ ਹੋਣਾ 25 ਸਤੰਬਰ ਦੇ ਵਿੱਚ ਵੀ ਕੁਝ ਦਿਨ ਬਾਕੀ ਨੇ ਕੀ ਉਹਨਾਂ ਦੀ ਗ੍ਰਿਫਤਾਰੀ ਹੋਵੇਗੀ ਜਾਂ ਫਿਰ ਪਹਿਲਾਂ ਦੀ ਤਰ੍ਹਾਂ ਉਹ ਉਸ ਤੋਂ ਬਾਅਦ ਸੁਪਰੀਮ ਕੋਰਟ ਜਾ ਕੇ ਫੇਰ ਕੋਈ ਜਵਾਨਤ ਲਾਵੇਗਾ ਜਾਂ ਖਾਰਜ ਹੁੰਦੀ ਹੈ ਕੀ ਹੁੰਦਾ ਆਖਰ ਪੁਲਸ ਨੂੰ ਸਮੇਤ ਸੈਣੀ ਕਿਉਂ ਨਹੀਂ ਲੱਭ ਰਿਹਾ ਜਿਵੇਂ ਪਟਿਆਲਾ ਦੇ ਵਿੱਚ ਇੱਕ ਘਟਨਾ ਹੋਈ ਸੀਗੀ ਕੁਝ ਨਿਹੰਗ ਸਿੰਘਾਂ ਵੱਲੋਂ ਇੱਕ ਪੁਲਿਸ ਦੇ ਨਾਲ ਝੜਪ ਹੁੰਦੀ ਅਸੀਂ ਕਿਸੇ ਦੇ ਹੱਕ ਵਿੱਚ ਨਹੀਂ ਪਰ ਅਸੀਂ ਗੱਲ ਦੱਸ ਦਿੰਨੇ ਆ ਕਿ ਉਹ ਝੜਪ ਹੁੰਦੀ ਆ ਉਸ ਤੋਂ ਬਾਅਦ ਜਿਹੜੇ ਉੱਥੋਂ ਭੱਜਣ ਵਾਲੇ ਸਿੰਘ ਸਨ ਨਿਹੰਗ ਸਿੰਘ ਸਨ ਜਦੋਂ ਇੱਕ ਪੁਲਿਸ ਵਾਲੇ ਦਾ ਹੱਥ ਵੜ ਦਿੱਤਾ ਜਾਂਦਾ ਤੇ ਕੁਝ ਘੰਟਿਆਂ ਦੇ ਵਿੱਚ ਮਿਸ਼ਨ ਕਰਕੇ ਉਹਨਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਂਦਾ ਉਹ ਤੱਕ ਸੂਰਵਾਰ ਸਨ ਉਸਦੇ ਨਾਲ ਉਹਨਾਂ ਦਾ ਪਰਿਵਾਰ ਵੀ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਜਾਂਦਾ ਪਰ ਜਲੋ ਬਾਅਦ ਦੇ ਵਿੱਚ ਜਿਹੜੇ ਉਹ ਕੁਝ ਦੋਸ਼ੀ ਪਾਏ ਗਏ ਤੇ ਕੁਝ ਨਹੀਂ ਪਰ ਸੁਮੇਲ ਸੈਣੀ ਵੱਲ ਕਿੱਥੇ ਗਈ ਪੰਜਾਬ ਦੀ ਪੁਲਿਸ ਉਹਨਾਂ ਦੇ ਨਾਲ ਜਿਹੜੇ ਸਰਕਾਰੀ ਸਿਕਿਉਰਿਟੀ ਗਾਰਡ ਉਹਨਾਂ ਦੇ ਚੱਲਦੇ ਨੇ ਕਿ ਉਹਨਾਂ ਤੋਂ ਪਤਾ ਨਹੀਂ ਲੱਗਦਾ ਸੁਮੇਤ ਸੈਣੀ ਕਿੱਥੇ ਰਹਿ ਰਿਹਾ ਹੈ ਜਾਂ ਜਿਹੜੀ ਇੰਨੀ ਸਿਕਿਉਰਿਟੀ ਕਿਉਂ ਦਿੱਤੀ ਹੋਈ ਹੈ ਇਸ ਸਬੰਧੀ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਮਾਜੀ ਜੀ ਮੌਜੂਦ ਨੇ ਸਿੱਖ ਪ੍ਰਚਾਰਕ ਮਾਲਵੇ ਤੋਂ ਬਹੁਤ ਮਸ਼ਹੂਰ ਨੇ ਸਾਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਫਤਿਹ ਅਰਜ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਭਾਈ ਸਾਹਿਬ ਜੀ ਜਿਵੇਂ ਸੁਮੇਤ ਸੈਣੀ ਡੀਜੀਪੀ ਰਹਿ ਚੁੱਕੇ ਨੇ ਕਦੇ ਉਹਨਾਂ ਦਾ ਹੁਕਮ ਚੱਲਦਾ ਸੀ ਪੰਜਾਬ ਪੁਲਿਸ ਤੇ ਅੱਜ ਉਹ ਆ ਜਿਹੜੇ ਛੋਟੇ ਅਫਸਰ ਜਿਨ੍ਹਾਂ ਤੇ ਉਹ ਹੁਕਮ ਚਲਾਉਂਦਾ ਸੀ ਅੱਜ ਉਹੀ ਉਹਨਾਂ ਨੂੰ ਲੱਭ ਰਹੇ ਨੇ ਦੇਖੋ ਜੀ ਸੁਮੇਧ ਸੈਣੀ ਜਿਹੜਾ ਹੈਗਾ ਇੱਕ ਉਹ ਦਰਿੰਦਾ ਅੱਤਵਾਦੀ ਹੈ ਜਿਨੇ ਐਡੇ ਵੱਡੇ ਪੱਧਰ ਤੇ ਕਤਲਿਆਮ ਕੀਤਾ ਸਾਡੇ ਵੇਖਸੂਰ ਸਿੱਖ ਨੌਜਵਾਨਾਂ ਦੇ ਖੂਨ ਨਾਲ ਹੋਲੀ ਖੇਢੀ ਹੈ ਜਦੋਂ ਕੇਪੀਐਸ ਗਿੱਲ ਤੇ ਬੈਂਤੇ ਬੁੱਚੜ ਦੀ ਜੁੰਡਲੀ ਨੇ ਇੱਕ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਕਿ ਇੱਥੇ 18 ਤੋਂ 35 ਸਾਲ ਦਾ ਕੋਈ ਨੌਜਵਾਨ ਅਸੀਂ ਜਿੰਦਾ ਨਹੀਂ ਰਹਿਣ ਦੇਣਾ ਖਾਸ ਤੌਰ ਤੇ ਮਾਝੇ ਦਾ ਜਿਹੜਾ ਤਰਨਤਨ ਸਾਹਿਬ ਵਾਲਾ ਇਲਾਕਾ ਸੀ ਉੱਥੇ ਐਡੇ ਵੱਡੇ ਪੱਧਰ ਤੇ ਤਸ਼ੱਦਦ ਹੋਇਆ ਝੂਠੇ ਪੁਲਿਸ ਮੁਕਾਬਲੇ ਹੋਏ ਨਹਿਰਾਂ ਦੇ ਵਿੱਚ ਨੌਜਵਾਨਾਂ ਨੂੰ ਛੁਟਿਆ ਗਿਆ ਮਾਰ-ਮਾਰ ਕੇ ਕਿ ਕਈ ਵਾਰ ਉੱਥੇ ਬਜ਼ੁਰਗ ਦੱਸਦੇ ਆ ਜਦੋਂ ਉੱਥੇ ਪ੍ਰਚਾਰ ਕਰਨ ਜਾਈਏ ਪੁਰਾਣੇ ਬਜ਼ੁਰਗ ਮਿਲ ਜਾਂਦੇ ਆ ਜੇ ਉਹਨਾਂ ਨਾਲ ਗੱਲ ਛੇੜੀਏ ਵੀ ਕਿਵੇਂ ਰਿਹਾ ਤਾਂ ਦੱਸਦੇ ਆ ਕਿ ਕਈ-ਕਈ ਸਾਲ ਉੱਥੇ ਪਿੰਡਾਂ ਦੇ ਵਿੱਚੋਂ ਬਰਾਤਾਂ ਵੀ ਨਹੀਂ ਚੜੀਆਂ ਐਡੇ ਵੱਡੇ ਪੱਦਰ ਤੇ ਜਿਹੜਾ ਕਤਲਿਆਮ ਹੈ ਉਹ ਹੋਇਆ ਸੀਗਾ ਸੋ ਕੇ ਪੀ ਐਸ ਗਿੱਲ ਦਾ ਇਹ ਜੁੰਡੀ ਦਾ ਯਾਰ ਉਹਦੇ ਅਧੀਨ ਕੰਮ ਕਰਨ ਵਾਲਾ ਇਹ ਸੁਮੇਤ ਸੈਣੀ ਜਿਨੇ ਮੈਂ ਸਮਝਦਾ ਸੰਕੜੇ ਨੌਜਵਾਨਾਂ ਦਾ ਇਹ ਕਾਤਲ ਹੈ ਇਹ ਤਾਂ ਇੱਕ ਆਪਾਂ ਸਰਦਾਰ ਬਲਵੰਤ ਸਿੰਘ ਮਲਤਾਨੀ ਜਿਹੜੇ ਕਿ ਇੱਕ ਆਈਏਐਸ ਪਿਤਾ ਦੇ ਪੁੱਤਰ ਨੇ ਮਲਤਾਨੀ ਜੀ ਔਰ ਉਹਦੇ ਜਿਵੇਂ ਤੁਸੀਂ ਜ਼ਿਕਰ ਕੀਤਾ ਉਹਦੇ ਉੱਤੇ ਐਸਾ ਕਹਿ ਲੋ ਤਸ਼ੱਦਰ ਢਾਇਆ ਮੈਂ ਲਫ਼ਜ਼ ਵਰਤਾਂਗਾ ਕਿ ਸੁਮੇத் ਸੈਣੀ ਨੇ ਇੰਸਪੈਕਟਰ ਪ੍ਰੇਮ ਕੋਟਲੀ ਨੂੰ ਇਹ ਗੱਲ ਡਿਊਟੀ ਦਿੱਤੀ ਇਹ ਗੱਲ ਸੁਮੇத் ਸੈਣੀ ਦੇ ਅਧੀਨ ਕੰਮ ਕਰਨ ਵਾਲੇ ਕੁਲਦੀਪ ਤੇ ਜੰਗੀਰ ਦੋਨੋਂ ਇੰਸਪੈਕਟਰ ਜਿਹੜੇ ਨੇ ਉਹਨਾਂ ਨੇ ਦੱਸੀ ਹੈ ਉਹ ਜੰਗੀਰ ਸਿੰਘ ਇਹ ਗੱਲ ਕਹਿੰਦਾ ਹੈ ਕਿ ਪ੍ਰੇਮ ਪ੍ਰੀਮ ਮਲਕ ਨੂੰ ਪ੍ਰੀਮ ਮਲਕ ਨੂੰ ਇਹ ਡਿਊਟੀ ਦਿੱਤੀ ਉਹਨੇ ਫਿਰ ਕੀ ਕੀਤਾ ਮਲਤਾਨੀ ਜੀ ਦੇ ਬਾਅਦ ਦੇ ਵਿੱਚ ਉਹਦੇ ਡੰਡੇ ਨੂੰ ਠੁੱਡੇ ਮਰਵਾਏ ਗਏ ਐਸ ਕਿਸਮ ਦਾ ਜਿਹੜਾ ਤਸ਼ੱਦਦ ਤੁਸੀਂ ਦੇਖੋ ਇੱਕ ਜ਼ਿੰਮੇਵਾਰ ਬੰਦੇ ਪੁਲਿਸ ਵਾਲੇ ਜਿਨ੍ਹਾਂ ਦੀ ਜ਼ਿੰਮੇਵਾਰੀ ਲੋਕਾਂ ਦੀ ਰੱਖਿਆ ਕਰਨ ਦੀ ਹੈ ਉਹ ਬੇਕਸੂਰ ਨੌਜਵਾਨਾਂ ਦੀ ਪਿੱਠਾਂ ਪਾੜ ਰਹੇ ਸੀਗੇ ਉਹ ਬੇਕਸੂਰ ਨੌਜਵਾਨਾਂ ਦੇ ਪੱਟਾਂ ਨੂੰ ਚੀਰ ਕੇ ਲੂਣ ਪਰਦੇ ਸੀ ਉਹ ਸਾਡੇ ਨੌਜਵਾਨਾਂ ਨੂੰ ਕੜਾਹਿਆਂ 'ਚ ਉਵਾਲਦੇ ਸੀ ਇਸ ਤਰ੍ਹਾਂ ਦੇ ਮੈਂ ਕਹਿੰਦਾ ਸਰਕਾਰੀ ਸ਼ਹਿਦ ਉੱਤੇ ਇਹ ਜਿਹੜੇ ਅੱਤਵਾਦੀ ਪਲੇ ਹੋਏ ਨੇ ਤਾਂ ਇਹਨਾਂ ਨੂੰ ਤਰਕੀਆਂ ਦਿੱਤੀਆਂ ਗਈਆਂ ਜਦੋਂ ਉਹਨਾਂ ਸਮਿਆਂ ਦੇ ਵਿੱਚ ਤੁਸੀਂ ਵੇਖੋਗੇ ਕਿ ਸਿਪਾਹੀ ਲੈਵਲ ਦੇ ਬੰਦੇ ਵੀ ਐਸਐਸਪੀ ਤੱਕ ਪਹੁੰਚੇ ਨੇ ਪੁਰਾਣੇ ਬੰਦੇ ਦੱਸਦੇ ਆ ਉਹ ਉਹਨਾਂ ਦੀ ਡਿਗਰੀ ਕੀ ਸੀ ਉਹਨਾਂ ਦੀ ਯੋਗਤਾ ਕੀ ਸੀ ਉਹਨਾਂ ਦੀ ਕੋਈ ਪੜ੍ਹਾਈ ਨਹੀਂ ਦੇਖੀ ਗਈ ਉਹਨਾਂ ਦੀ ਕੋਈ ਯੋਗਤਾ ਨਹੀਂ ਵੇਖੀ ਗਈ ਕੋਈ ਤਜਰਬਾ ਨਹੀਂ ਵੇਖਿਆ ਗਿਆ ਵੇਖਿਆ ਇਹ ਗਿਆ ਕਿ ਇਸ ਪੁਲਿਸ ਵਾਲੇ ਨੇ ਕਿੰਨੇ ਨੌਜਵਾਨਾਂ ਨੂੰ ਬੇਕਸੂਰਾਂ ਨੂੰ ਕਤਲ ਕੀਤਾ ਜੇ 10 ਨੂੰ ਕੀਤਾ ਤਾਂ ਉਸ ਹਿਸਾਬ ਨਾਲ ਤਰੱਕੀ ਇੱਕ ਮਤਲਬ ਨਾਰਮਲ ਸਿਪਾਹੀ ਐਸਐਸਪੀ ਤੱਕ ਪਹੁੰਚ ਗਿਆ ਸਾਡੇ ਸਿੱਖ ਨੌਜਵਾਨਾਂ ਦੇ ਖੂਨ ਨਾਲ ਰੰਗ ਆਪਣੇ ਹੱਥ ਰੰਗ ਕੇ ਇਸ ਤਰੀਕੇ ਨਾਲ ਇਹ ਬਿਆੰਤੇ ਬੁੱਚੜ ਦੀ ਸਰਕਾਰ ਮੌਕੇ ਸਾਡੇ ਉੱਤੇ ਕਹਿਰ ਟਿਆ ਔਰ ਉਸ ਤੋਂ ਦੁੱਖਦਾਇਕ ਗੱਲ ਇਹ ਹੈ ਕਿ ਜਿਹੜੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਜਦੋਂ ਪਹਿਲੀ ਵਾਰੀ ਬਣਨਾ ਸੀ ਇਹਨਾਂ ਨੇ ਬਣਨ ਤੋਂ ਪਹਿਲਾਂ ਸਿੱਖਾਂ ਨਾਲ ਇਹ ਵਾਅਦੇ ਕੀਤੇ ਕਿ ਜਿਹੜੇ ਕਸੂਰਵਾਰ ਅਫੀਸਰ ਨੇ ਪੁਲਿਸ ਦੇ ਵਿੱਚ ਉਹਨਾਂ ਦੇ ਉੱਤੇ ਅਸੀਂ ਬਣਦੀ ਕਾਰਵਾਈ ਕਰਾਂਗੇ ਔਰ ਬੇਕਸੂਰ ਸਾਡੇ ਸਿੱਖ ਨੌਜਵਾਨਾਂ ਨੂੰ ਜੇਲ੍ਹਾਂ ਚੋਂ ਰਿਹਾ ਕਰਾਂਗੇ ਜਿਹੜਾ ਇਹਨਾਂ ਦਾ ਚੋਣ ਮੈਨੀਫੈਸਟੋ ਸੀਗਾ ਬਾਦਲ ਦਾ ਉਹਦੇ ਵਿੱਚ ਇਹ ਗੱਲਾਂ ਲਿਖੀਆਂ ਸੀ ਪਰ ਸਾਡੇ ਬੇਕਸੂਰ ਨੌਜਵਾਨ ਤਾਂ ਅਜੇ ਤੱਕ ਜੇਲ੍ਹਾਂ ਵਿੱਚ ਸੜ ਰਹੇ ਨੇ ਤੇ ਜਿਹੜੇ ਕਸੂਰਵਾਰ ਸੀ ਉਹਨਾਂ ਨੂੰ ਵੱਡੀਆਂ-ਵੱਡੀਆਂ ਇਹਨਾਂ ਨੇ ਡਿਗਰੀਆਂ ਦਿੱਤੀਆਂ ਮੈਂ 2-3 ਨਾਮ ਲੈਣਾ ਇਜਹਾਰ ਆਲਮ ਜਿਹੜਾ ਆਲਮ ਸੈਨਾ ਬਣਾ ਕੇ ਸਿੱਖ ਨੌਜਵਾਨਾਂ ਦਾ ਕਤਲੇਆਮ ਕਰਦਾ ਦਰਬਾਰਾ ਗੁਰੂ ਵਰਗੇ ਬੰਦੇ ਜਿਹੜੇ ਸਾਡੇ ਨਕੋਦਰ ਕਾਂਡ ਦੇ ਸ਼ਹੀਦਾਂ ਨੂੰ ਅਣਪਛਾਤੀਆਂ ਲਾਸਾਂ ਕਹਿ ਕੇ ਸੜਵਾਉਂਦੇ ਨੇ ਉੱਥੇ ਏਡੀਸੀ ਸੀਗਾ ਉਸ ਵਕਤ ਤਾਂ ਹੋਰ ਬਹੁਤ ਸਾਰੇ ਬੰਦੇ ਉਹਨਾਂ ਨੂੰ ਇਹਨਾਂ ਨੇ ਆਪਣੀ ਅਕਾਲੀ ਦਲ ਪਾਰਟੀ ਦੇ ਵਿੱਚ ਆਪਣੀਆਂ ਸਰਕਾਰਾਂ ਦੇ ਵਿੱਚ ਉਹ ਚਾਦੇ ਦਿੱਤੇ ਆਲਮ ਦੀ ਘਰ ਵਾਲੀ ਉਸ ਬੀਬੀ ਨੂੰ ਐਮਐਲਏ ਤੱਕ ਬਣਾਇਆ ਔਰ ਸੁਮੇਧ ਸੈਣੀ ਜਿਹੜਾ ਐਡਾ ਵੱਡਾ ਦਰਿੰਦਾ ਜਿਹਦੇ ਉੱਤੇ ਅੱਜ ਸਾਰਾ ਕੁਝ ਹੁਣ ਸਾਹਮਣੇ ਆ ਰਿਹਾ ਥੋੜਾ ਥੋੜਾ ਕਰਕੇ ਉਸ ਸੁਮੇਧ ਸੈਣੀ ਨੂੰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਇਹਨਾਂ ਦੀ ਸਾਰੀ ਜੁੰਡਲੀ ਅੱਜ ਇਹ ਮੂੰਹ ਚ ਘੁੰਗਰੀਆਂ ਪਾ ਕੇ ਬੈਠੇ ਨੇ ਇਹ ਚੁੱਪ ਇਹ ਦੱਸਣ ਸਾਰੀ ਕੌਮ ਨੂੰ ਕਿਹੜੀ ਮਜਬੂਰੀ ਸੀਗੀ ਸੁਮੇਧ ਸੈਣੀ ਵਰਗੇ ਦਰਿੰਦੇ ਨੂੰ ਤੁਸੀਂ ਪੁਲਿਸ ਦੀ ਸਾਰੀ ਕਮਾਂਡ ਸਮਾਹ ਦਿੱਤੀ ਤੇ ਫਿਰ ਤੁਹਾਡੀ ਹੱਲਾਸ਼ੇਰੀ ਤੁਹਾਡੀ ਹੱਲਾਸ਼ੇਰੀ ਦੀ ਬਦੌਲਤ ਹੀ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਦਵੀ ਘਟਨਾ ਕਰਮ ਦੇ ਰੋਸ ਵਿੱਚ ਉਹ ਸੰਗਤ ਕੋਟਕਪੂਰੇ ਤੇ ਬਹਿਬਲ ਕਲਾਂ ਦੇ ਵਿੱਚ ਉੱਥੇ ਸ਼ਾਂਤਮਈ ਬੈਠੀ ਸੀ ਕੋਟਕਪੂਰੇ ਗੁਰਬਾਣੀ ਪੜਦਿਆਂ ਦੇ ਉੱਤੇ ਜਿਹੜੀਆਂ ਡਾਂਗਾ ਭਰਾਈਆਂ ਜਿਹੜੀਆਂ ਗੋਲੀਆਂ ਚਲਾ ਕੇ ਦੋ ਨੌਜਵਾਨ ਬਹਿਬਲ ਕਲਾਂ ਵਿੱਚ ਸ਼ਹੀਦ ਕੀਤੇ ਕਈ ਗੱਭਰੂ ਨੌਜਵਾਨ ਵੀਰ ਜੀ ਮੈਂ ਉਹਨਾਂ ਨੂੰ ਮਿਲਿਆ ਜਗਜੀਤ ਸਿੰਘ ਜੀ ਐਸੇ ਨੌਜਵਾਨ ਕੋਟਕਪੂਰੇ ਇਲਾਕੇ ਦੇ ਜਦੋਂ ਉੱਥੇ ਧਰਨਾ ਲੱਗਿਆ ਤਾਂ ਉਹ ਮਾਵਾ ਨੇ ਭੇਜੇ ਪੁੱਤ ਕਿ ਸੰਗਤ ਬੈਠੀ ਆ ਉੱਥੇ ਕੋਟਕਪੂਰੇ ਧਰਨੇ ਤੇ ਧਰਨਾ ਕੋਈ ਹੋਰ ਮਸਲੇ ਤੇ ਨਹੀਂ ਧਰਨਾ ਸਾਡਾ ਰੱਬ ਸਾਡਾ ਰਹਿਬਰ ਸਾਡਾ ਸਭ ਕੁਝ ਗੁਰੂ ਗ੍ਰੰਥ ਸਾਹਿਬ ਉਹਦਾ ਅੰਕ ਅੰਕ ਜ਼ਾਲਮਾਂ ਨੇ ਖਲਾਰਤਾ ਗੁਰੂ ਗ੍ਰੰਥ ਸਾਹਿਬ ਦਾ ਦਿੱਤਾ ਆਪਾਂ ਖਾਨੇ ਆ ਮਾਵਾ ਨੇ ਆਪਣੇ ਪੁੱਤਾਂ ਨੂੰ ਸਮਝਾ ਕੇ ਤੋਰਿਆ ਪੁੱਤ ਜਾਓ ਉੱਥੇ ਪ੍ਰਸ਼ਾਦਾ ਪਾਣੀ ਲੈ ਕੇ ਉੱਥੇ ਜਾਓ ਤੁਸੀਂ ਜਲ ਪਾਣੀ ਲੈ ਕੇ ਉਸ ਮਾਂ ਨੂੰ ਨਹੀਂ ਸੀ ਪਤਾ ਕਿ ਇਹਨਾਂ ਜ਼ਾਲਮਾਂ ਨੇ ਜਿਹੜਾ ਮਾਂ ਤੇਰਾ ਪੁੱਤ ਅੱਜ ਮੋਟਰਸਾਈਕਲ ਤੇ ਕਿੱਕ ਮਾਰ ਕੇ ਇੱਥੇ ਆਇਆ ਨਾ ਧਰਨੇ 'ਚ ਸੇਵਾ ਕਰਨ ਬਾਦਲ ਕਿਆਂ ਦੀ ਪੁਲਿਸ ਨੇ ਸੁਮੇਧ ਸੈਣੀ ਦੇ ਇਸ਼ਾਰੇ ਤੇ ਇਸ ਨੌਜਵਾਨ ਦੇ ਪੱਟਾਂ ਵਿੱਚ ਮਾਰ ਕੇ ਗੋਲੀਆਂ ਨੂੰ ਲੰਗੜਾ ਕਰਕੇ ਤੋੜਨਾ ਇਹਨੂੰ ਮੋਟਰਸਾਈਕਲ ਤੇ ਕਿੱਕ ਮਾਰਨ ਜੋਗਾ ਨਹੀਂ ਛੱਡਿਆ ਇਹੋ ਜਿਹੇ ਨੌਜਾਨ ਨੇ ਫੱਟੜ ਕਰਤੇ ਇਹ ਇਹ ਮਤਲਬ ਇਹਦਾ ਸੁਮੇਧ ਸੈਣੀ ਵਰਗੇ ਕਈ ਗੁੰਡੇ ਬਦਮਾਸ਼ ਨੇ ਔਰ ਇਹ ਤਾਂ ਅਜੇ ਇੱਕ ਕੇਸ ਦੀ ਗੱਲ ਹੈ ਸਰਦਾਰ ਬਲਬੰਦ ਸਿੰਘ ਮਲਤਾਨੀ ਵਾਲੇ ਕੇਸ ਦੀ ਮੈਂ ਤਾਂ ਸਲੂਟ ਕਰਦਾ ਉਸ ਪਰਿਵਾਰ ਨੂੰ ਉਹਨਾਂ ਵਕੀਲਾਂ ਨੂੰ 1-2 ਸਾਲ ਨਹੀਂ 29 ਸਾਲ ਹੋ ਗਏ ਉਸ ਘਟਨਾ ਨੂੰ 29 ਸਾਲ ਦੇ ਕਿੱਡੀ ਦ੍ਰਿੜਤਾ ਦੇ ਨਾਲ ਪ੍ਰਮਾਤਮਾ ਹੀ ਦ੍ਰਿੜਤਾ ਬਖਸ਼ਦਾ ਤੇ ਦ੍ਰਿੜਤਾ ਦੇ ਨਾਲ ਉਹ ਲੜਾਈ ਲੜਦੇ ਬੰਦੇ ਤੇ ਅੱਜ ਇਹ ਸੁਮੇਲ ਸੈਣੀ ਜਿਹੜਾ ਭਗੌੜਾ ਹੋਇਆ ਤੁਰਿਆ ਫਿਰਦਾ ਭਗੌੜਾ ਕੀ ਹੈ ਵੀ ਆਪਾਂ ਗੱਲ ਕਰ ਲਾਂਗੇ ਪਰ ਮਤਲਬ ਉਹਨਾਂ ਪਰਿਵਾਰਾਂ ਨੂੰ ਸਲੂਟ ਕਰਨਾ ਬਣਦਾ ਹੁਣ ਬਾਦਲ ਕੇ ਜਾਂ ਕੈਪਟਨ ਸਰਕਾਰ ਇਹਨਾਂ ਨੂੰ ਚਾਹੀਦਾ ਉਹਨਾਂ ਪਰਿਵਾਰਾਂ ਨੂੰ ਨੌਕਰੀਆਂ ਦੇਣ ਉਹਨਾਂ ਵਕੀਲਾਂ ਦਾ ਮਾਨ ਸਨਮਾਨ ਕਰਨ ਜਿਨ੍ਹਾਂ ਨੇ ਮੈਡੀਕਲ ਟੋਕ ਦਾ ਸ਼ਰਾਬ ਪੀ ਕੇ ਮਰਨ ਵਾਲਿਆਂ ਨੂੰ ਤਾਂ ਨੌਕਰੀ ਦਿੱਤੀ ਜਾਂਦੀ ਹੈ ਉਹਨਾਂ ਦੇ ਪਰਿਵਾਰਾਂ ਨੂੰ ਚਲ ਅਸੀਂ ਕਿਸੇ ਦੇ ਖਿਲਾਫ ਨਹੀਂ ਆਗੇ ਤੇ ਪਰ ਜਿਹੜਾ ਐਡਾ ਵੱਡਾ ਤਸ਼ੱਦਦ ਹੋਇਆ ਉਹਨਾਂ ਨੂੰ ਕਿਉਂ ਨਹੀਂ ਪੁੱਛ ਰਿਹਾ ਉਹਨਾਂ ਪਰਿਵਾਰਾਂ ਤੋਂ ਮਾਫੀ ਮੰਗਣ ਪੰਜਾਬ ਦੀ ਸਰਕਾਰ ਕੇਂਦਰ ਸਰਕਾਰ ਪੁਲਿਸ ਪ੍ਰਸ਼ਾਸਨ ਉਹਨਾਂ ਕਿ ਇਹ ਛੋਟੀ ਗੱਲ ਹੈ ਕਿਸੇ ਦੇ ਤੁਸੀਂ ਪਿੱਠੇ 'ਚ ਡੰਡਾ ਪਾ ਕੇ ਉਹਦੇ ਮਾਰ ਮਾਰ ਕੇ ਠੋਡੇ ਤੁਸੀਂ ਬੇਕਸੂਰ ਬੰਦੇ ਨੂੰ ਚੁੱਕ ਕੇ ਮਾਰ ਦੋ ਉਹਨਾਂ ਤੋਂ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਇਹ ਇਹਨਾਂ ਨੂੰ ਗਲਚ ਪੱਲਾ ਪਾ ਕੇ ਉਹਨਾਂ ਪਰਿਵਾਰਾਂ ਕੋਲ ਜਾਣਾ ਚਾਹੀਦਾ ਕਿ ਅਸੀਂ ਭਾਈ ਐਡਾ ਵੱਡੀ ਵਗਿਆ ਕੀਤੀ ਹੈ ਤੇ ਇਹਦੇ ਨਾਲ ਨਾਲ ਜਿਹੜਾ ਸੁਮੇਲ ਸੈਣੀ ਹੈ ਉਹਦੇ ਤੇ ਬਣਦੀ ਕਾਰਵਾਈ ਕਰਨ ਹੁਣ ਅਦਾਲਤ ਨੇ ਨਿਆ ਪਾਲਿਕਾ ਦੇ ਉੱਤੇ ਭਾਰੂ ਪੈ ਰਹੀ ਹੈ ਅੱਜ ਰਾਜਨੀਤੀ ਦੇਖੋ ਅਦਾਲਤਾਂ ਦੇ ਵਿੱਚ ਲੋਕ ਵਿਸ਼ਵਾਸ ਫੇਰੀ ਕਰਨਗੇ ਇਹ ਬਹੁਤ ਸੋਹਣਾ ਫੈਸਲਾ ਅਦਾਲਤ ਨੇ ਦਿੱਤਾ ਹੈ ਦੇਰ ਆਏ ਦਰਸਤਾਏ ਪਰ ਇਹਦੇ ਉੱਤੇ ਜਿਹੜਾ ਹੁਣ ਸੁਮੇਲ ਸੈਣੀ ਭਗੌੜਾ ਬੜੀ ਸ਼ਰਮ ਦੀ ਗੱਲ ਹੈ ਇੱਕ ਤਾਂ ਖੁਦ ਬੰਦਾ ਡੀਜੀਪੀ ਰਿਹਾ ਹੋਵੇ ਜਿਹੜਾ ਲੋਕਾਂ ਨੂੰ ਕਾਨੂੰਨ ਦੀਆਂ ਮੱਤਾਂ ਆਮ ਲੋਕਾਂ ਨੂੰ ਨਹੀਂ ਸਾਰੀ ਪੁਲਿਸ ਨੂੰ ਜਿਹੜਾ ਕਾਨੂੰਨ ਸਮਝਾਉਂਦਾ ਰਿਹਾ ਹੋਵੇ ਕਿਸੇ ਵਕਤ ਅੱਜ ਉਹ ਭਗੌੜਾ ਹੋਇਆ ਤੁਰਿਆ ਫਿਰੇ ਫਿਰ ਤੁਸੀਂ ਵੇਖੋ ਕਿ ਉਹ ਜੈਡ ਸਿਕਿਉਰਿਟੀ ਜੈਡ ਪਲੱਸ ਸੁਰੱਖਿਆ ਅਸੀਂ ਹੁੰਦੀ ਹੈ ਉਹ ਤਾਂ ਇਕੱਲਾ ਬੰਦੇ ਨੂੰ ਕਿਤੇ ਜਾਣ ਹੀ ਨਹੀਂ ਦਿੰਦੇ ਇਹ ਸਾਰਾ ਜੈਡ ਸਿਕਿਉਰਿਟੀ ਦੇ ਵਿੱਚ ਜਿਹੜੇ ਮੁਲਾਜ਼ਮ ਡਿਊਟੀਆਂ ਕਰ ਰਹੇ ਨੇ ਉਹਨਾਂ ਨੂੰ ਪੁੱਛੋ ਸੁਮੇਤ ਸੈਣੀ ਕਿਵੇਂ ਤੁਸੀਂ ਦਿਵਲਤਾ ਜਾਂ ਫਿਰ ਜਿਹੜੇ ਰਾਜਨੀਤਿਕ ਲੋਕ ਨੇ ਭਾਵੇਂ ਉਹ ਬਾਦਲ ਨੇ ਜਾਂ ਕੈਪਟਨ ਦੀ ਸਰਕਾਰ ਹੈ ਜਾਂ ਹੋਰ ਹੈ ਜੇ ਜੇ ਕੈਪਟਨ ਅਮਰਿੰਦਰ ਸਿੰਘ ਦੀ ਵਾਈਫ ਦਾ 23 ਲੱਖ ਰੁਪਇਆ ਦੂਜੇ ਤੀਜੇ ਸੂਬੇ ਵਿੱਚੋਂ ਲੱਭਿਆ ਜਾ ਸਕਦਾ ਦੂਜੇ ਤੀਜੇ ਦਿਨ ਹੀ ਤਾਂ ਫਿਰ ਇਹ ਇਹ ਸੁਮੇਤ ਸੈਣੀ ਕੋਈ ਸੂਈ ਹੈ ਸੁਮੇਤ ਸੈਣੀ ਕੋਈ ਪੰਛੀ ਹੈ ਜਿਹੜਾ ਉੱਡ ਕੇ ਕਿਤੇ ਵਗ ਗਿਆ ਸੁਮੇਤ ਸੈਣੀ ਦੇ ਜਿਹੜੇ ਹੁਣ ਇਹ ਕਰ ਰਹੇ ਨੇ ਜੀ ਛਾਪੇਮਾਰੀ ਚੱਲ ਰਹੀ ਹੈ ਇਹ ਵੀ ਗੱਲਾਂ ਹੋਈਆਂ ਛਾਪੇਮਾਰੀ ਕੀਤੀ ਹਿਮਾਚਲ ਦੇ ਵਿੱਚ ਇਹਦੀ ਕੋਈ ਰਹਿਸ਼ਾ ਹੈ ਦਿੱਲੀ ਚ ਹੈ ਜਾਂ ਚੰਡੀਗੜ੍ਹ ਜਿੱਥੇ-ਜਿੱਥੇ ਹੈਗੀਆਂ ਤਾਂ ਮੈਂ ਕਹਿੰਦਾ ਜਦੋਂ ਤੁਸੀਂ ਬੇਕਸੂਰ ਸਿੱਖ ਨੌਜਵਾਨਾਂ ਨੂੰ ਚੁੱਕਦੇ ਹੋ ਉਦੋਂ ਉਹ ਆਸੇ-ਪਾਸੇ ਜੇ ਹੋ ਜਾਣ ਨਾ ਤੁਹਾਡੀ ਪਕੜ ਚਾਉਣ ਤੁਸੀਂ ਉਹਨਾਂ ਦੀਆਂ ਭੈਣਾਂ ਨੂੰ ਚੁੱਕਦੇ ਹੋ ਉਹਨਾਂ ਦੇ ਪਰਿਵਾਰਾਂ ਨੂੰ ਚੁੱਕਦੇ ਰਹੇ ਹੋ ਪਿਛਲੇ ਸਮਿਆਂ ਦੇ ਵਿੱਚ ਉਹਨਾਂ ਦੇ ਕਹਿਰ ਟਾਉਂਦੇ ਰਹੇ ਹੋ ਕੀ ਕੁਛ ਨਹੀਂ ਹੋਇਆ ਪੰਜਾਬ ਦੀ ਧਰਤੀ ਤੇ ਇੱਥੇ ਬੱਚਾ-ਬੱਚਾ ਜਾਣਦਾ ਤਾਂ ਅੱਜ ਮੈਂ ਸਤਕਾਰ ਕਰਦਾ ਦੁਸ਼ਮਣ ਦੀਆਂ ਧੀਆਂ ਭੈਣਾਂ ਵੀ ਸਾਡੀਆਂ ਧੀਆਂ ਭੈਣਾਂ ਨੇ ਇਹ ਸਾਡੇ ਸਿੱਖਾਂ ਦਾ ਕਰਤਾਰ ਰਿਹਾ ਹੈ ਗੁਰੂ ਪਾਤਸ਼ਾਹਾਂ ਨੇ ਸਾਨੂੰ ਇਹ ਸਮਤ ਬਖਸ਼ੀ ਹੋਈ ਹੈ ਕਿ ਅਸੀਂ ਦੁਸ਼ਮਣ ਦੀਆਂ ਧੀਆਂ ਭੈਣਾਂ ਨੂੰ ਵੀ ਆਪਣੀਆਂ ਧੀਆਂ ਭੈਣਾਂ ਸਮਝਣਾ ਹੈ ਪਰ ਕੀ ਮੈਂ ਕਹਿੰਨਾ ਕਹਿਰ ਤਾਂ ਨਾ ਟਾਓ ਉਹਨਾਂ ਦੇ ਪਰਿਵਾਰ ਤੇ ਭਾਵੇਂ ਪਰ ਘੱਟੋ ਘੱਟ ਉਹ ਸੁਮੇਸ਼ ਸੈਣੀ ਦੀ ਵਾਈਫ ਨੂੰ ਉਹਨਾਂ ਦੇ ਬੱਚਿਆਂ ਨੂੰ ਬੁਲਾ ਕੇ ਚੰਗੀ ਤਰ੍ਹਾਂ ਪੁੱਛੋ ਉਹਨਾਂ ਨੂੰ ਬਿਠਾਓ ਕਿਤੇ ਤਰੀਕੇ ਨਾਲ ਕਿ ਭਾਈ ਫੋਨ ਚੈੱਕ ਕਰੋ ਫੋਨ ਚੈੱਕ ਕਰੋ ਸਾਰਾ ਕੁਝ ਕਰੋ ਤੇ ਮਤਲਬ ਤੁਸੀਂ ਉਹਨਾਂ ਨੂੰ ਕਹੋ ਸੁਮੇਸ਼ ਸੈਣੀ ਭਾਈ ਪੇਸ਼ ਹੋ ਜੂਗਾ ਤੁਹਾਨੂੰ ਛੱਡ ਦਾਂਗੇ ਐਸ ਤਰੀਕੇ ਦੇ ਨਾਲ ਸਾਰਾ ਕੁਝ ਹੋਣਾ ਚਾਹੀਦਾ ਹੁਣ ਸਿਕਿਉਰਟ ਜੈਡ ਸਕਿਉਰਿਟੀ ਤੇ ਕਾਰਵਾਈ ਹੋਵੇ ਤੇ ਇਹ ਬਾਦਲਾਂ ਦੀ ਤਲਾਸੀ ਲਈ ਜਾਵੇ ਜਿੰਨੇ ਇਹਨਾਂ ਦੇ ਫਾਰਮ ਨੇ ਜਿੰਨੇ ਇਹਨਾਂ ਦੇ ਬਿਜ਼ਨਸ ਨੇ ਕਿ ਕਿੰਨੀ ਗਹਿਰੀ ਸਾਹਸੀ ਪ੍ਰਕਾਸ਼ ਸਿੰਘ ਬਾਦਲ ਦੀ ਕਿੱਡੇ ਸੀਨੀਅਰ ਅਫੀਸਰ ਉਹਦੇ ਨਾਲੋਂ ਚੰਗੇ ਹੋਣਗੇ ਉਹਨਾਂ ਨੂੰ ਛੱਡ ਕੇ ਜਿਨੇ ਸੁਮੇਤ ਸੈਣੀ ਨੂੰ ਬਣਾਇਆ ਤੇ ਫਿਰ ਉਹ ਤੋਂ ਦੁਬਾਰਾ ਫਿਰ ਉਹ ਤਾਂ ਹੋ ਗਈਆਂ ਗੱਲਾਂ ਪੁਰਾਣੀਆਂ ਆ 2015 ਚ ਫਿਰ ਸਾਡੇ ਨੌਜਵਾਨਾਂ ਤੇ ਗੋਲੀਆਂ ਮਰਵਾਈਆਂ ਪੁਲਿਸ ਤੋਂ ਬਾਦਲ ਨੇ ਜ਼ਰੂਰ ਇਹਨਾਂ ਨੇ ਛੁਪਾ ਕੇ ਰੱਖਿਆ ਹੋਊਗਾ ਜੀ ਬਿਲਕੁਲ ਇਹ ਤਾਂ ਗੋਲੀਆਂ ਚਲਾਈਆਂ ਸ਼ਰੇਆਮ ਸਭ ਕੋਈ ਸਾਹਮਣੇ ਆ ਗਿਆ ਮਲਤਾਨੀ ਕੇਸ ਸੀ ਜਿਹੜਾ ਬਲਵੰਤ ਸਿੰਘ ਮਲਤਾਨੀ ਕੇਸ ਉਹ ਵੀ ਸਾਹਮਣੇ ਆ ਗਿਆ ਪਰ ਖੋਰ ਕਿੰਨੇ ਅਜਿਹੇ ਕੇਸ ਹੋਣਗੇ ਜਿਨ੍ਹਾਂ ਦੇ ਗਵਾਹ ਨਹੀਂ ਸਾਹਮਣੇ ਆਏ ਜਾਂ ਉਹ ਪਰਿਵਾਰ ਅਜੇ ਤੱਕ ਸਾਹਮਣੇ ਨਹੀਂ ਆਏ ਜਦੋਂ ਹੋ ਸਕਦਾ ਹੈ ਕਿ ਜਦੋਂ ਇਹਨੂੰ ਫੜਿਆ ਜਾਵੇਗਾ ਤੇ ਉਹ ਪਰਿਵਾਰਾਂ ਨੂੰ ਸੈਂਦ ਬੁਲਾਇਆ ਤਾਂ ਨਾ ਜਾਵੇਗਾ ਪਰਿਵਾਰ ਸਾਹਮਣੇ ਜ਼ਰੂਰ ਆਉਣਗੇ ਜਿਨ੍ਹਾਂ ਦੇ ਸੁਮੇਤ ਸੈਣੀ ਨੇ ਪਰਿਵਾਰਾਂ ਦੇ ਜਿਹੜੇ ਨੌਜਵਾਨ ਚੱਕੇ ਹੋਣਗੇ ਕਿੰਨੇ ਹੋਣਗੇ ਉਹ ਲਾਪਤਾ ਕਿਉਂ ਰਹਿ ਚੁੱਕੇ ਹੋ ਗੁਪਤ ਕਿਉਂ ਰਹਿ ਚੁੱਕੇ ਨੇ ਉਹਨਾਂ ਦਾ ਗਵਾਹ ਨਹੀਂ ਲੱਗੇ ਮੰਨ ਲੈਨੇ ਆ ਪਰ ਹੋਣਗੇ ਤਾਂ ਨੇਕਾ ਹੀ ਮੈਂ ਕਹਿੰਦਾ ਜੀ ਸੰਕੜਿਆਂ ਦੇ ਹਿਸਾਬ ਨਾਲ ਇਹਨਾਂ ਨੇ ਉਦੋਂ ਕਹਿਰ ਟਾਇਆ ਕਿਉਂਕਿ ਉਦੋਂ ਇਹ ਬੰਦੇ ਭੂਤਰੇ ਹੋਏ ਸੀ ਬਿਆਨ ਤੇ ਬੁੱਚੜ ਦੀ ਇਹਨਾਂ ਨੂੰ ਪੂਰੀ ਸ਼ਹਿ ਸਰਕਾਰੀ ਸ਼ਹਿ ਦੇ ਉੱਤੇ ਇਹ ਜੋ ਮਨਮਰਜ਼ੀਆਂ ਕਰਦੇ ਸੀ ਬਲਾਤਕਾਰ ਤੱਕ ਹੁੰਦੇ ਰਹੇ ਨੇ ਸਭ ਕੁਝ ਕਿ ਇਹਨਾਂ ਨੇ ਕੀਤਾ ਸੁਮੇਧ ਸੈਣੀ ਨੂੰ ਜਿਹੜਾ ਹੁਣ ਵਿਚਾਰ ਰਹੇ ਨੇ ਰਾਜਨੀਤਿਕ ਲੀਡਰ ਸਾਰਾ ਸਿਸਟਮ ਕਿਉਂਕਿ ਉਹਦਾ ਅਸਰ ਸੂਖ ਜਿਹੜਾ ਬੰਦਾ ਡੀਜੀਪੀ ਰਿਹਾ ਹੋਵੇ ਉਹਦਾ ਪੁਲਿਸ ਦੇ ਵਿੱਚ ਕਿੱਡਾ ਵੱਡਾ ਹੋਲਡ ਹੋਊਗਾ ਕਿੰਨੇ ਬੰਦੇ ਉਹਦੇ ਹਮਾਇਤੀ ਹੋਣਗੇ ਔਰ ਜਿਨਨੇ ਕਰਪਟ ਬੰਦੇ ਜਿਨਨੇ ਸੈਣੀ ਦੇ ਨਾਲ ਰਲ ਕੇ ਪਾਪ ਕਰਦੇ ਰਹੇ ਉਹ ਸਾਰੇ ਹੁਣ ਸੁਮੇਤ ਸੈਣੀ ਨੂੰ ਬਚਾਉਣ ਲੱਗੇ ਨੇ ਬਾਦਲਾ ਸੁਮੇਤ ਉਹਦਾ ਕਾਰਨ ਹੈ ਜਦੋਂ ਸੁਮੇਤ ਸੈਣੀ ਤੇ ਡੰਡਾ ਚੜੂਗਾ ਜਦੋਂ ਉਹਦਾ ਨੁਕਸਾਨ ਹੋ ਜਦੋਂ ਉਹਦੇ ਤੇ ਕਾਰਵਾਈ ਹੋ ਤਾਂ ਜਿਵੇਂ ਮਤਲਬ ਤੁਸੀਂ ਦੇਖੋ ਸੁਮੇਤ ਸੈਣੀ ਕਿਵੇਂ ਫਸਿਆ ਜਦੋਂ ਉਹਦੇ ਅਧੀਨ ਕਰਨ ਕੰਮ ਕਰਨ ਵਾਲੇ ਜੰਗੀਰ ਤੇ ਕੁਲਦੀਪ ਬਣੇ ਬਾਦਾਂ ਮਾਫਗਵਾ ਫਿਰ ਸੁਮੇਤ ਸੈਣੀ ਦਾ ਸੱਚ ਸਾਹਮਣੇ ਆ ਗਿਆ ਜਦੋਂ ਸੁਮੇਲ ਸੈਣੀ ਇਹਨਾਂ ਬਾਰੇ ਦੱਸੂ ਕਿ ਮੈਂ ਜਿਹੜੀਆਂ ਕਰਤੂਤਾ ਕੀਤੀਆਂ ਨੇ ਮੈਂ ਜਿਹੜੇ ਪਾਪ ਕੀਤੇ ਨੇ ਉਹਦੇ ਵਿੱਚ ਫਲਾਣੇ ਫਲਾਣੇ ਲੀਡਰ ਭਾਗੀਦਾਰ ਨੇ ਤੇ ਇਸ ਕਰਕੇ ਲੀਡਰਾਂ ਨੂੰ ਸਾਰਿਆਂ ਨੂੰ ਡਰ ਲੱਗ ਰਿਹਾ ਜਿੱਥੇ ਸੁਮੇਲ ਸੈਣੀ ਚਾਹੁੰਦਾ ਕਿ ਮੈਂ ਫੜਿਆ ਨਾ ਜਾਵਾਂ ਉਹ ਹੱਥ ਪੈਰ ਮਾਰੂਗਾ ਹੀ ਉੱਥੇ ਨਾਲ ਨਾਲ ਮੈਨੂੰ ਸਮਝ ਆਉਂਦੀ ਹੈ ਜਿਨ੍ਹਾਂ ਨੇ ਇਹਨੂੰ ਡੀਜੀਪੀ ਬਣਾਇਆ ਉਹਨਾਂ ਨੂੰ ਵੀ ਸਾਰਿਆਂ ਦਾ ਜ਼ੋਰ ਲੱਗਿਆ ਪਿਆ ਸੈਣੀ ਨੂੰ ਸਪਾਉਣ ਦੇ ਲਈ ਜੀ ਬਿਲਕੁਲ ਇਹ ਤਾਂ ਇੱਕ ਜਿਹੜਾ ਮਾਮਲਾ ਸਾਹਮਣੇ ਆ ਗਿਆ ਹੋਰ ਜਿਵੇਂ ਬਲਜਿੰਦਰ ਸਿੰਘ ਐਸਐਚਓ ਵੱਲੋਂ ਅ ਦੋ ਜਿਹੜੇ ਸੀਗੇ ਪਿਓ ਪੁੱਤਰਾਂ ਨੂੰ ਇੱਕ ਨਾਲ ਉਹਨਾਂ ਦਾ ਦਲਤ ਜਿਹੜਾ ਮਜ਼ਦੂਰ ਸੀ ਕੰਮ ਕਰਨ ਵਾਲਾ ਉਹਨੂੰ ਅਲਫ ਨੰਗਾ ਕਰਕੇ ਸਾਹਮਣੇ ਕੀਤਾ ਹੋਰ ਵੀ ਪੁਲਿਸ ਵਾਲੇ ਨੇਕਾ ਹੋਣਗੇ ਇਹ ਤਾਂ ਚਲੋ ਦੋ ਤਿੰਨ ਘਟਨਾਵਾਂ ਸਾਹਮਣੇ ਆਈਆਂ ਕੀ ਕੁਝ ਕਰਦੇ ਨੇ ਅਕਸਰ ਸਿੱਖਾਂ ਨਾਲ ਹੀ ਕਿਉਂ ਤੱਕਾ ਹੁੰਦਾ ਫਿਰ ਇਦਾਂ ਜੀ ਬਹੁਤ ਮਤਲਬ ਇਹ ਤਾਂ ਇਹ ਦੱਸਣਾ ਵੀ ਸਿੱਖ ਤੁਹਾਨੂੰ ਇੰਨੇ ਬੁਰੇ ਕਿਉਂ ਲੱਗਦੇ ਮੈਂ ਸਾਰੀ ਪੁਲਿਸ ਨੂੰ ਨਹੀਂ ਕਹਿ ਰਿਹਾ ਪੁਲਿਸ ਦੇ ਵਿੱਚ ਵੀ ਸਾਡੇ ਸਿੱਖ ਪਰਿਵਾਰਾਂ ਦੇ ਵਿੱਚੋਂ ਨੇ ਬੰਦੇ ਬੜੇ ਇਮਾਨਦਾਰ ਵੀ ਹੈਗੇ ਨੇ ਪਰ ਪੁਲਿਸ ਦਾ ਜਿਹੜਾ ਜਿਹੜੇ ਪੁਲਿਸ ਦੇ ਵਿੱਚ ਕੁਝ ਗੁੰਡਾ ਅੰਸਰ ਨੇ ਜਿਹੜੇ ਖਾਕੀ ਨੂੰ ਬਦਨਾਮ ਕਰਨ ਲੱਗੇ ਨੇ ਕੇ ਪੀ ਐਸ ਕਿੱਲ ਦੇ ਜਿਹੜੇ ਮਤਲਬ ਪੈਰੋਕਾਰ ਬਣ ਕੇ ਵਿਚਰ ਰਹੇ ਨੇ ਜਿਨ੍ਹਾਂ ਨੇ ਮਤਲਬ ਨਸ਼ੇ ਕਰਨੇ ਨੇ ਤੇ ਹੋਰ ਗੈਰ ਕਾਨੂੰਨੀ ਸਾਰੇ ਕੰਮ ਧੰਦੇ ਕਰਦੇ ਨੇ ਫਿਰ ਨਸ਼ੇ ਇਕੱਲੇ ਕਰਨੇ ਨਹੀਂ ਨਸ਼ੇ ਬਕਾਉਂਦੇ ਨੇ ਜੇ ਪ੍ਰਸ਼ਾਸਨ ਚਾਹੇ ਤਾਂ ਕੀ ਨਹੀਂ ਹੋ ਸਕਦਾ ਕਿ ਨਸ਼ਾ ਕੋਈ ਵੇਚ ਦੂਗਾ ਬਿਲਕੁਲ ਨਹੀਂ ਹੁੰਦਾ ਮੈਂ ਇੱਕ ਉਦਾਹਰਨ ਦਿੰਦਾ ਹੁਣ ਅਕਸਰ ਕਿ ਜਦੋਂ ਚੋਣ ਜਾਬਤਾ ਲੱਗ ਜਾਂਦਾ ਚੋਣ ਜਾਬਤਾ ਜਦੋਂ ਲੱਗਦਾ ਤਾਂ ਉਸ ਵਕਤ ਆਪਾਂ ਜਿਆਦਾ ਰਕਮ ਲੈ ਕੇ ਪੈਸੇ ਲੈ ਕੇ ਇਧਰ ਉਧਰ ਨਹੀਂ ਜਾ ਸਕਦੇ ਤੁਸੀਂ 2 ਕਿਲੋਮੀਟਰ ਵੀ ਆਪਣਾ 5 ਲੱਖ ਰੁਪਿਆ ਗੱਡੀ 'ਚ ਰੱਖ ਕੇ ਲੈ ਕੇ ਦਿਖਾਓ ਨਾਲ ਦੀ ਨਾਲ ਰੋਕਦੇ ਆ ਕਿ ਤੁਹਾਨੂੰ ਪਤਾ ਨਹੀਂ ਚੋਣ ਜਾਬਤਾ ਲੱਗਿਆ ਤਾਂ ਐਨੇ ਨਾਕੇ ਪਾਰ ਕਰਕੇ ਅੱਜ ਸਮੈਕ ਸਾਡੇ ਅਣਖੀ ਪੰਜਾਬੀ ਨੌਜਵਾਨਾਂ ਦੇ ਘਰਾਂ ਤੱਕ ਪਹੁੰਚਾਈ ਹੈ ਇਹ ਕਿਉਂ ਪਹੁੰਚਾਈ ਗਈ ਹੈ ਬੜੀ ਪਲੈਨਿੰਗ ਦੇ ਇਹਦੇ ਵਿੱਚ ਪ੍ਰਸ਼ਾਸਨ ਪੂਰਾ ਪੂਰਾ ਹਿੱਸੇਦਾਰ ਬਣਿਆ ਹੋਇਆ ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ ਈਮਾਨਦਾਰਾਂ ਦੀ ਆਪਾਂ ਰਿਸਪੈਕਟ ਕਰਦੇ ਆਂ ਹਰ ਬੈਕਮੈਨ ਦੇ ਵਿੱਚ ਬੰਦੇ ਚੰਗੇ ਵੀ ਹੁੰਦੇ ਆ ਇਸੇ ਪੁਲਿਸ ਦੇ ਵਿੱਚੋਂ ਮੈਂ ਮਾਨ ਕਰਦੀ ਆ ਸਾਰੀ ਕੌਮ ਜਿਹੜੇ ਭਾਰਤ ਦੀਆਂ ਏਜੰਸੀਆਂ ਚ ਵੀ ਰਹੇ ਸਕਿਉਰਟੀਆਂ ਦੇ ਵਿੱਚ ਰਹੇ ਅੱਜ ਭਾਈ ਬਿਆਨਤ ਸਿੰਘ ਤੇ ਸਤਵੰਤ ਸਿੰਘ ਉਹ ਕੌਮ ਦੇ ਮਹਾਨ ਯੋਧੇ ਜਿਨੇ ਇੰਦਰਾ ਨੂੰ ਸੋਧਾ ਲਾਇਆ ਸਾਡੀ ਸਿੱਖ ਕੌਮ ਦੇ ਅਨਮੋਲ ਹੀਰੇ ਸ਼ਹੀਦ ਭਾਈ ਦਲਾਵਰ ਸਿੰਘ ਜੇ ਬਿਆਨਤੇ ਬੱਚਣ ਨੂੰ ਸੋਧਾ ਨਾ ਲੱਗਦਾ ਤਾਂ ਅੱਜ 18 ਤੋਂ 35 ਸਾਲ ਦੇ ਨੌਜਵਾਨਾਂ ਦਾ ਜਿਵੇਂ ਸਫਾਇਆ ਕਰਨ ਦਾ ਉਹਨਾਂ ਨੇ ਤਾਇਆ ਕੀਤਾ ਸੀਗਾ ਇਹ ਭਾਈ ਜਗਤਾਰ ਸਿੰਘ ਹਵਾਰਾ ਭਾਈ ਰਾਜੂ ਆਣੇ ਹੋਰਾਂ ਨੇ ਜਿਹੜੀ ਸੇਵਾ ਨਿਭਾਈ ਅਸੀਂ ਸਲੂਟ ਕਰਦੇ ਆ ਇਹਨਾਂ ਸਾਰੇ ਬੰਦਿਆਂ ਨੂੰ ਉਦਾਹਰਨ ਵੀ ਮੈਂ ਇਤਿਹਾਸ ਵਿੱਚੋਂ ਦਿੰਨਾ ਕਿ بڑے ਬੰਦੇ ਆਹੋ ਜਿਹੇ ਹੋਏ ਜਿਹੜੇ ਸਰਕਾਰ ਦੀਆਂ ਡਿਊਟੀਆਂ ਵੀ ਕਰਦੇ ਰਹੇ ਪਰ ਜਦੋਂ ਕਿਤੇ ਕੌਮ ਦੀ ਗੱਲ ਆਈ ਜਿਵੇਂ ਭਾਈ ਸਵੇਕ ਸਿੰਘ ਤੇ ਭਾਈ ਸਾਹਾਬ ਸਿੰਘ ਜਿਹੜੇ ਚਰਖਣੀਆਂ ਤੇ ਚੜੇ ਉਹ ਭਾਈ ਸਵੇਕ ਸਿੰਘ ਜਿਹੜਾ ਜਕਰੀਏ ਦਾ कोतवाल ਵੀ ਰਿਹਾ ਠੇਕੇਦਾਰ ਵੀ ਸਰਕਾਰੀ ਰਿਹਾ ਪਰ ਜਦੋਂ ਕਿਤੇ ਕੌਮ ਦੀ ਗੱਲ ਆਈ ਤਾਂ ਚਰਖਣੀਆਂ ਤੇ ਚੜ ਗਏ ਉਹਨਾਂ ਤੋਂ ਸੇਧ ਲਈ ਜਿਹੜੇ ਮਹਾਨ ਯੋਧਿਆਂ ਨੇ ਅਸੀਂ ਉਹਨਾਂ ਨੂੰ ਸਲੂਟ ਕਰਦੇ ਹਾਂ ਪਰ ਜਿਹੜੇ ਗੁੰਡਾ ਅੰਸਰ ਨੇ ਸੁਮੇਧ ਸੈਣੀ ਵਰਗੇ ਜਿਹੜੇ ਐਨੇ ਭੂਤਰੇ ਹੋਏ ਹੰਕਾਰੇ ਹੋਏ ਨੇ ਕਿਵੇਂ ਇਹਨਾਂ ਨੇ ਧੀਆਂ ਪੈਣਾ ਦੀਆਂ ਬੇਪਤੀਆਂ ਕੀਤੀਆਂ ਨੇ ਜਿਹੜੀਆਂ ਕਿਸੇ ਤੋਂ ਲੁਕੀਆਂ ਛिपੀਆਂ ਨਹੀਂ ਇਹ ਚਾਹੀਦਾ ਸੁਮੇਧ ਸੈਣੀ ਨੂੰ ਤੁਰੰਤ ਜਿਹੜਾ ਇਸ ਤਰ੍ਹਾਂ ਦੀ ਭਗੌੜਾ ਜੀ ਉਹ ਮਤਲਬ ਕਿੱਥੇ ਆਈ ਵੀ ਕਿੱਥੇ ਆ ਭਾਰਤ ਦੀਆਂ ਸਾਰੀਆਂ ਏਜੰਸੀਆਂ ਕਿੱਥੇ ਨੇ ਐਡਾ ਵੱਡਾ ਬੰਦਾ ਜਿਹਨੂੰ ਜੈਡ ਸਕਿਉਰਟੀ ਮਿਲੀ ਹੈ ਉਹ ਭਗਾੜਾ ਹੋ ਗਿਆ ਇਹ ਸਾਰੀਆਂ ਏਜੰਸੀਆਂ ਦੇ ਫੇਲੀਅਰ ਵੀ ਹੈ ਇਹ ਤਾਂ ਹੁਣ ਇਹ ਦੱਸ ਸਕਦੇ ਆ ਕਿ ਇਹ ਏਜੰਸੀਆਂ ਦਾ ਜੈਡ ਸਕਿਉਰਟੀ ਦਾ ਪੁਲਿਸ ਦਾ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਦਾ ਇਹ ਮਤਲਬ ਅਵੇਸਲਾਪਨ ਹੈ ਉਹਨਾਂ ਦੀ ਬੇਈਮਾਨੀ ਹੈ ਜਾਂ ਬੇਸਮਝੀ ਹੈ ਜਾਂ ਉਹਨਾਂ ਦੀ ਮਤਲਬ ਕਹਿ ਲਓ ਵੀ ਉਹਨਾਂ ਦੀ ਇਹ ਯੋਗਤਾ ਹੈ ਨਹੀਂ ਇਹ ਸਪਸ਼ਟ ਕਰਨ ਇਹਦੇ ਵਿੱਚ ਏਜੰਸੀਆਂ ਕਟਾਰੇ ਵਿੱਚ ਖੜੀਆਂ ਨੇ ਕਿ ਉਹ ਬੇਈਮਾਨੀ ਨਾਲ ਸੁਮੇਤ ਸੈਣੀ ਨੂੰ ਛੁਪਾਇਆ ਜਾ ਰਿਹਾ ਹੈ ਜਾਂ ਜਾਂ ਮਤਲਬ ਕਹਿ ਲੋ ਜਾਣਬੁੱਝ ਕੇ ਇਹ ਡਰਾਮਾ ਸਾਰਾ ਰਚਿਆ ਜਾ ਰਿਹਾ ਹੈ ਸੋ ਉਹ ਭਗੌੜਾ ਤੇ ਇਹਨੂੰ ਸੁਮੇਤ ਸੈਣੀ ਭਗੌੜਾ ਤਾਂ ਹੈ ਹੀ ਹੈ ਮੈਂ ਕਹਿੰਨਾ ਬਹੁਤ ਵੱਡਾ ਅਤਵਾਦੀ ਹੈ ਹਾਂ ਹੁਣ ਸਾਰੀਆਂ ਜਿੰਨੀਆਂ ਰਾਜਨੀਤਿਕ ਪਾਰਟੀਆਂ ਨੇ ਭਾਵੇਂ ਉਹ ਕਾਂਗਰਸ ਹੈ ਭਾਵੇਂ ਉਹ ਬਾਦਲਕੇ ਨੇ ਭਾਵੇਂ ਉਹ ਆਪ ਵਾਲੇ ਨੇ ਜਾਂ ਕੋਈ ਹੋਰ ਨੇ ਮੈਂ ਇਨਾ ਕਿਸੇ ਲੀਡਰ ਦਾ ਬਿਆਨ ਸੁਮੇਧ ਸੈਣੀ ਤੇ ਘੁੰਗਣੀਆਂ ਪਾ ਕੇ ਕਿਉਂ ਬੈਠੇ ਨੇ ਇਹ ਗੱਲ ਸਮਝ ਤੋਂ ਬਾਹਰ ਹੈ ਇਹ ਵੀ ਪੰਜਾਬ ਦੀ ਜਨਤਾ ਨੂੰ ਪੁੱਛਣਾ ਚਾਹੀਦਾ ਹੈ ਕਿ ਸੁਮੇਧ ਸੈਣੀ ਤੋਂ ਇਹ ਐਨੇ ਕਿਉਂ ਡਰਦੇ ਨੇ ਉਹ ਜੇ ਬਲਵੰਤ ਸਿੰਘ ਮਲਤਾਨੀ ਉਹਦਾ ਪਰਿਵਾਰ ਇੰਨੀ ਦ੍ਰਿੜਤਾ ਨਾਲ 29 ਸਾਲ ਲੜਾਈ ਲੜ ਕੇ ਅੱਜ ਥੋੜੇ ਉਸ ਵੱਡੇ ਮਗਰਮੱਛ ਨੂੰ ਉਸ ਵੱਡੇ ਦਰਿੰਦੇ ਅੱਤਵਾਦੀ ਨੂੰ ਭਗੌੜਾ ਹੋਣ ਲਈ ਮਜਬੂਰ ਕਰਤਾ ਤੇ ਤੁਹਾਨੂੰ ਤਾਂ ਵਾਇਗਰੂ ਨੇ ਇੰਨੀ ਪਾਵਰ ਦਿੱਤੀ ਹੋਈ ਹੈ ਤੁਸੀਂ ਲੀਡਰ ਹੋ ਸਮਾਜ ਤੁਹਾਡੀ ਗੱਲ ਸੁਣਦੇ ਨੇ ਲੋਕ ਤੇ ਤੁਹਾਡੇ ਮੂੰਹ ਚ ਘੁੰਗਣੀਆਂ ਕਿਉਂ ਪਈਆਂ ਹੋਈਆਂ ਨੇ ਕਿਉਂਕਿ ਇਹ ਤੁਹਾਡੀ ਕਿਤੇ ਸੁਮੇਤ ਸੈਣੀ ਨਾਲ ਚੁੱਪ ਸਹਿਮਤੀ ਤਾਂ ਨਹੀਂ ਤੁਸੀਂ ਇਹੋ ਜੇ ਇਹੋ ਜੀ ਪੋਜੀਸ਼ਨ ਦੇ ਵਿੱਚ ਵੀ ਜੇ ਸੈਣੀ ਖਿਲਾਫ ਪ੍ਰਕਾਸ਼ ਸਿੰਘ ਬਾਦਲ ਨਹੀਂ ਬੋਲਦਾ ਇਹਦਾ ਮਤਲਬ ਕੀ ਹੈ ਇਹ ਸਾਰਾ ਕੁਝ ਲੋਕਾਂ ਦੇ ਸਾਹਮਣੇ ਹੈ ਜਦੋਂ ਵੋਟਾਂ ਆਉਂਦੀਆਂ ਤੁਸੀਂ ਗੱਲਬਾਤ ਕੀਤੀ ਲੀਡਰਾਂ ਦੀ ਜਦੋਂ ਵੋਟਾਂ ਆਉਂਦੀਆਂ ਉਦੋਂ ਆਧਾਰਨਾ ਦੇਣ ਕਿ ਇਹ ਬਾਦਲਾਂ ਦੇ ਲਈ ਉਦੋਂ ਡੀਜੀਪੀ ਲਾਇਆ ਸੀ ਇਹਨੇ ਐਦਾਂ ਕਰਤਾ ਇਹਨੇ ਉਦਾਂ ਕਰਤਾ ਪਰ ਅੱਜ ਸਮਾਂ ਉਹਦੇ ਖਿਲਾਫ ਇੱਕ ਸਟੇਟਮੈਂਟ ਦੇਣ ਦਾ ਬਿਆਨ ਦੇਣ ਦਾ ਹਰੇਕ ਲੀਡਰ ਦਾ ਫਰਜ ਬੰਦਾ ਹੈ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ ਆਪ ਦਾ ਕਿਤੇ ਨਾ ਕਿਤੇ ਬਿਆਨ ਤਾਂ ਦੇਵੇ ਪਰ ਬਿਆਨ ਦੇਣ ਤੋਂ ਡਰਦੇ ਕਿਉਂ ਨੇ ਕੀ ਫਿਰ ਸਾਰੇ ਆਪ ਚਰਲੇ ਮਿਲੇ ਹੋਏ ਨੇ ਦੇਖੋ ਜੀ ਬਿਆਨ ਦੇਣ ਤੋਂ ਇਹ ਡਰ ਰਹੇ ਨੇ ਸੁਮੇਧ ਸੈਣੀ ਜਿਹੜਾ ਹੈਗਾ ਉਹ ਕਹਿ ਲੋ ਇੱਕ ਬਹੁਤ ਵੱਡਾ ਏਜੰਸੀਆਂ ਦਾ ਇੱਕ ਐਸਾ ਮਗਰਮੱਛ ਹੈ ਜਿਨੇ ਬਹੁਤ ਐਡਾ ਅਤਵਾਦੀ ਹੈ ਕਾਤਲ ਹੈ ਐਡੇ ਵੱਡੇ ਪੱਧਰ ਤੇ ਉਹ ਤੋਂ ਇਹ ਡਰਦੇ ਵੀ ਹੋ ਸਕਦੇ ਆ ਦੋ ਕਾਰਨ ਹੋ ਸਕਦੇ ਆ ਜਾਂ ਤਾਂ ਸੁਮੇਤ ਸੈਣੀ ਤੋਂ ਡਰਦੇ ਨੇ ਜਾਂ ਸੁਮੇਤ ਸੈਣੀ ਦੇ ਜਿਹੜੇ ਪਾਪ ਕੀਤੇ ਹੋਏ ਨੇ ਉਹਦੇ ਚ ਕਿਤੇ ਨਾ ਕਿਤੇ ਭਾਗੀਦਾਰ ਨੇ ਜਿਹੇ ਡਰਦੇ ਨੇ ਡਰਪੋਕ ਨੇ ਫਿਰ ਵੀ ਸਾਡੇ ਸਮਾਜ ਦੀ ਅਗਵਾਈ ਕਰਨ ਦੇ ਸਮਰੱਥ ਨਹੀਂ ਜਿਹੇ ਪਾਪਾਂ ਦੇ ਭਾਗੀਦਾਰ ਨੇ ਫਿਰ ਇਹਨਾਂ ਨੂੰ ਪਾਰਲੀਮੈਂਟ ਜਾਂ ਵਿਧਾਨ ਸਭਾ ਚ ਨਹੀਂ ਇਹਨਾਂ ਨੂੰ ਜੇਲ੍ਹਾਂ ਚ ਭੇਜਣਾ ਚਾਹੀਦਾ ਮੈਨੂੰ ਲੱਗਦਾ ਸੋ ਐਸ ਕਿਸਮ ਦਾ ਇਹ ਸਾਰਾ ਵਰਤਾਰਾ ਵਾਪਰ ਰਿਹਾ ਤੁਸੀਂ ਵੇਖੋ ਕਿੰਨਾ ਖਤਰਨਾਕ ਮਾਹੌਲ ਹੈ ਲੋਕਾਂ ਨੂੰ ਭੈਪਿਤ ਕੀਤਾ ਜਾ ਰਿਹਾ ਸਾਰੇ ਤਰੀਕੇ ਦੇ ਨਾਲ ਕਿ ਮਤਲਬ ਮੈਂ ਸਮਝਦਾ ਹਾਂ ਸੁਮੇਤ ਸੇਣੀ ਹੋਰਾਂ ਦੀ ਇਹ ਦੇਣ ਹੈ ਜਿਹੜਾ ਅੱਜ ਪੰਜਾਬ ਦੇ ਵਿੱਚੋਂ ਪੰਜਾਬੀ ਨੌਜਵਾਨ ਫੋਰਨ ਜਾ ਰਹੇ ਨੇ ਇਹਦੇ ਵਿੱਚ ਬਹੁਤ ਵੱਡਾ ਇਹਨਾਂ ਕਾਤਲਾਂ ਦਾ ਹੱਥ ਹੈ ਇਹ ਵੀ ਮੈਂ ਜ਼ਰੂਰ ਆਪ ਜੀ ਦੇ ਮਾਧਿਅਮ ਰਾਹੀਂ ਧਿਆਨ ਚ ਲਿਆਉਣਾ ਚਾਹੁੰਦਾ ਮਸਲਾ ਕਿ ਮੈਨੂੰ ਲੱਗਦਾ ਜਿਹੜੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਵਿੱਚੋਂ ਪੰਜਾਬੀ ਨੌਜਵਾਨ ਲੱਭਣਾ ਔਖਾ ਹੋ ਜੂ ਬਹੁਤ ਮੁਸ਼ਕਲ ਨਾਲ ਜ਼ਿਲ੍ਹਾ ਵਾਈ ਜੇ ਆਪਾਂ ਦੇਖਿਆ ਕਰਾਂਗੇ ਫਲਾਣੇ ਜ਼ਿਲ੍ਹੇ ਚ ਪੰਜ ਨੌਜਵਾਨ ਪੰਜਾਬੀ ਰਹਿੰਦੇ ਆ ਉੱਥੇ ਦੋ ਰਹਿੰਦੇ ਆ ਕਾਰਨ ਇਹ ਹੈ ਕਿ ਪਿੱਛੋਂ ਤੋਂ ਸਾਡੇ ਪੰਜਾਬੀ ਨੌਜਵਾਨਾਂ ਨੂੰ ਪਹਿਲਾਂ ਤਾਂ ਵੇਖੋ ਸੁਮੇਤ ਸੈਣੀ ਕੇਪੀਐਸ ਗੱਲੇ ਸਾਰੀ ਜੁੰਡਲੀ ਨੇ ਝੂਠੇ ਪੁਲਿਸ ਮੁਕਾਬਲੇ ਕਰਵਾਏ ਸਾਡੇ ਨੌਜਵਾਨਾਂ ਦੇ ਖੂਨ ਨਾਲ ਬੇਕਸੂਰ ਨੌਜਵਾਨਾਂ ਦੇ ਖੂਨ ਨਾਲ ਹੱਥ ਰੰਗੇ ਆਪਣੇ ਦੂਜਾ ਜਿਹੜੇ ਬਿਲਕੁਲ ਬੇਕਸੂਰ ਲੋਕ ਜਿਨ੍ਹਾਂ ਨੂੰ ਪਤਾ ਹੀ ਨਹੀਂ ਅਨੰਦਪੁਰ ਦਾ ਮਤਾ ਕੀ ਹੈ ਉਹਨਾਂ ਬੇਕਸੂਰਾਂ ਤੇ ਚੁੱਕ ਚੁੱਕ ਕੇ ਹਥਿਆਰਾਂ ਵਾਲੇ ਕੇਸ ਪਾਦੇ ਤੀਜਾ ਵੱਡਾ ਹਮਲਾ ਸਾਡੇ ਤੇ ਕੀਤਾ ਨਸ਼ਿਆਂ ਨਾਲ ਹੀ ਚੌਥਾ ਜਿਹੜੇ ਨਸ਼ੇ ਤੇ ਲੱਗੇ ਨੌਜਵਾਨ ਉਹ ਨਸ਼ਾ ਕਰਦੇ ਸੀ ਮਾੜੀ ਗੱਲ ਹੈ ਪਰ ਵੇਚਦੇ ਨਹੀਂ ਸੀ ਨਸ਼ਾ ਕਰਨ ਵਾਲੇ ਤੇ ਵੇਚਣ ਦੇ ਕਿਸ ਪਾਤੇ ਇਸ ਤਰ੍ਹਾਂ ਦਾ ਇੱਕ ਦਹਿਸਤ ਪੈਦਾ ਹੋ ਗਈ ਰੋਜੀ ਰੋਟੀ ਲਈ ਵੀ ਸਾਡੇ ਨੌਜਵਾਨ ਜਾ ਰਹੇ ਨੇ ਸਿਸਟਮ ਤੋਂ ਸਤਾਏ ਪਰ ਮੈਂ ਵੇਖਦਾ ਕਿੱਲਿਆਂ ਦੇ ਕਿੱਲਿਆਂ ਦੇ ਮਾਲਕ ਜਿਹੜੇ 50-50 ਕਿੱਲਿਆਂ ਦੇ ਮਾਲਕ ਸਭ ਕੋ ਜ਼ਮੀਨ ਜਾਇਦਾਦ ਵੇਚ ਕੇ ਕਿਉਂ ਜਾ ਰਹੇ ਨੇ ਉਹਨਾਂ ਨੂੰ ਸਤਾਏ ਹੋਏ ਨੇ ਡਰੇ ਹੋਏ ਨੇ ਉਹਨਾਂ ਨੂੰ ਇਹ ਲੱਗ ਰਿਹਾ ਹੈ ਇਹ ਨਹੀਂ ਪਤਾ ਕਦੋਂ ਕਿਹੜਾ ਕਿਹੜੇ ਵੇਲੇ ਇੱਥੇ ਗੋਲੀ ਮਾਰ ਦੇ ਕੀ ਕਿਸਮ ਦਾ ਇਹ ਜੰਗਲ ਰਾਜ ਬਣਾ ਰੱਖਿਆ ਕੀ ਇਹ ਲੋਕਤੰਤਰ ਨਹੀਂ ਬੱਚਿਆਂ ਦੇ ਮਾਪਿਓ ਨੇ ਸਭ ਕੁਝ ਵੇਖਿਆ ਜਿਵੇਂ ਤੁਸੀਂ ਗੱਲਬਾਤ ਕੀਤੀ ਸੀ ਤਰਨਤਨ ਐਰੀਏ ਤਨਤਨ ਕਹਿੰਦੇ ਵੀ 30 35 ਸਾਲ ਉੱਥੇ ਬਰਾਤ ਨਹੀਂ ਚੜੀ ਜੀ ਤੇ ਮੈਨੂੰ ਲੱਗਦਾ ਵੀ ਆਉਣ ਵਾਲੇ 10 ਸਾਲਾਂ ਨੂੰ ਆਪਣੇ ਮਾਲਵੇ ਦਾ ਵੀ ਇਹ ਹਾਲ ਹੋ ਸਕਦਾ ਅੱਜ ਕੁਝ ਬਾਹਰ ਗਿਆ ਚਲੇ ਕੁਝ ਨਸ਼ਿਆਂ ਨੇ ਖਾਲੇ ਜਿਨ੍ਹਾਂ ਨੂੰ ਭਿਆਨਕ ਬਿਮਾਰੀਆਂ ਕਾਲਾ ਪੀਲਿਆ ਹੋਵੇ ਐਡਜ਼ ਤੱਕ ਦੀਆਂ ਬਿਮਾਰੀਆਂ ਜਿਹੜੀਆਂ ਚਿੱਟਾ ਲਾਉਣ ਵਾਲਿਆਂ ਨੂੰ ਚੰਬਰ ਚੁੱਕੀਆਂ ਬਹੁਤ ਖਤਰਨਾਕ ਹੈ ਜੀ ਇਹ ਸਾਰੇ ਪੰਜਾਬ ਦਾ ਇਹ ਹਾਲ ਹੋਣ ਵਾਲਾ ਹੈ ਇਦੇ ਲਈ ਸਰਕਾਰਾਂ ਜ਼ਿੰਮੇਵਾਰ ਨੇ ਇਹਦੇ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੈ ਇਹਦੇ ਲਈ ਮਤਲਬ ਅਸੀਂ ਲੋਕ ਵੀ ਜ਼ਿੰਮੇਵਾਰ ਆ ਜਿਹੜੇ ਵੋਟਾਂ ਵਕਤ ਫਿਰ ਇਹਨਾਂ ਦੀਆਂ ਗੱਲਾਂ ਵਿੱਚ ਆ ਜਾਂਦੇ ਆ ਸੋ ਮਤਲਬ ਇਹ ਇਹ ਦੇਖੋ ਜੇ ਅਸੀਂ ਸੁੱਤੀ ਹੈ ਜਨਤਾ ਅੰਧੀ ਜਿਵੇਂ ਗੁਰੂ ਪਾਤਸ਼ਾਹ ਨੇ ਬਾਣੀ ਚ ਕਿਹਾ ਅੰਧੀ ਰਾਇਤ ਗਿਆਨ ਵੀ ਹੋਣੀ ਗਿਆਨ ਤੋਂ ਬਿਨਾ ਅਸੀਂ ਮਨੁੱਖਤਾ ਵੀ ਅੰਨੀ ਹੋਣ ਕਰਕੇ ਇਸੇ ਕਰਕੇ ਬਾਦਲ ਦੀ ਜ਼ਰੂਰਤ ਪੈ ਗਈ ਨਾ ਡੀਜੀਪੀ ਸੈਣੀ ਵਰਗੇ ਬੁੱਚੜਨੋ ਡੀਜੀਪੀ ਲਾ ਤਾਂ ਗੁਰੂਆਂ ਦੇ ਨਾਂ ਤੇ ਵਸਣ ਵਾਲੇ ਪੰਜਾਬ ਦੇ ਵਿੱਚ ਇਹੋ ਜੀਆਂ ਤਰੱਕੀਆਂ ਇਜਾਰ ਆਲਮ ਵਰਗੇ ਗੁੰਡੇ ਬੰਦਿਆਂ ਨੂੰ ਆਪਣੀ ਪਾਰਟੀ ਦੇ ਵਿੱਚ ਆਉਂਦਾ ਤੇ ਉਹਨਾਂ ਨੂੰ ਮਰ ਜਾਣਾ ਚਾਹੀਦਾ ਜਿਹੜੇ ਬਨ ਕੇ ਨੀਲੀਆਂ ਪੱਗਾਂ ਫਿਰ ਬਾਦਲ ਜਿੰਦਾਬਾਦ ਕਰਦੇ ਫਿਰਦੇ ਆ ਸੋ ਇਹ ਬਹੁਤ ਸ਼ਰਮਨਾਕ ਜਿਹੜਾ ਵਰਤਾਰਾ ਬਾਤ ਪਰ ਰਿਹਾ ਇਹ ਦੇਸ਼ ਵਿਰੋਧੀ ਨੇ ਬੰਦੇ ਦੇਸ਼ ਵਿਰੋਧੀ ਤਾਂ ਇਹ ਸਿੱਖਾਂ ਨੂੰ ਕਹਿੰਦੇ ਹਨ ਅਕਸਰ ਦੇਖੋ ਦੇਸ਼ ਦੇ ਨਾਗਰਿਕ ਸੀ ਕੀ ਮਲਤਾਨੀ ਦੇਸ਼ ਦਾ ਨਾਗਰਿਕ ਨਹੀਂ ਦੀਦਾ ਇਹਨਾਂ ਨੇ ਕੀ ਹਾਲ ਕੀਤਾ ਸ਼ਰਮ ਆਉਂਦੀ ਹੈ ਜਿਸ ਤਰੀਕਾ ਦਾ ਤਸ਼ੱਦਦ ਕੀਤਾ ਦੇਸ਼ ਦੇ ਨਾਗਰਿਕ ਸੀ ਉਹ ਲੋਕ ਸੋ ਮੈਂ ਸਮਝਦਾ ਇਹ ਮਲਤਾਨੀ ਹੋਰੀ ਜਿਹੜੇ ਇਹ ਸੈਣੀ ਹੋਰੀ ਨੇ ਇਹ ਦੇਸ਼ ਵਿਰੋਧੀ ਵੀ ਨੇ ਸਮਾਜ ਵਿਰੋਧੀ ਵੀ ਨੇ ਫਿਰਕੂ ਵੀ ਨੇ ਅੱਤਵਾਦੀ ਵੀ ਨੇ ਤੇ ਹੁਣ ਪਘੋੜੇ ਵੀ ਹੋ ਗਏ ਜਿਵੇਂ ਗੁਰੂ ਪਾਤਸ਼ਾਹ ਨੇ ਬਾਣੀ ਦੇ ਵਿੱਚ ਬਖਸ਼ਿਸ਼ ਕੀਤੀ ਹੈ ਪ੍ਰਮਾਤਮਾ ਬੜਾ ਬੇਅੰਤ ਹੈ ਮਤਲਬ ਜਿਵੇਂ ਆਪਾਂ ਪੜਦੇ ਹਾਂ ਸੁਲਤਾਨਾ ਕਹਾ ਕੋਰਾਏ ਦਾ ਇਹ ਹਾਲਤ ਇਹਨਾਂ ਦੀ ਹੋਈ ਪਈ ਹੈ ਅੱਜ ਸੋ ਮੈਂ ਸਮਝਦਾ ਜੀ ਇਹਦੇ ਤੇ ਇਹਨਾਂ ਨੂੰ ਤੁਰੰਤ ਕਾਰਵਾਈ ਇਹਨਾਂ ਦੇ ਕਰਨ ਇਹ ਇਹਨੂੰ ਭਗੌੜਾ ਕਰਾਰ ਦਿੱਤਾ ਨਾਲ ਨਾਲ ਇਹਨੂੰ ਅੱਤਵਾਦੀ ਵੀ ਕਰਾਰ ਦੇਣ ਔਰ ਇਹਨੂੰ ਫਟਾਫਟ ਗ੍ਰਿਫਤਾਰ ਕਰਕੇ ਏਜੰਸੀਆਂ ਨੂੰ ਲਾ ਕੇ ਮਤਲਬ ਮੈਰਿਟ ਦੇ ਆਧਾਰ ਤੇ ਇਹ ਗ੍ਰਿਫਤਾਰੀ ਕਰਕੇ ਦੀ ਤੁਰੰਤ ਇਹ ਇਹਦੇ ਤੇ ਓਵੇਂ ਪੁੱਛ ਕੇ ਛੋਵੇ ਚੰਗੀ ਤੇ ਇੱਥੋਂ ਇੱਕ ਬਹੁਤ ਵੱਡੇ ਜਿਹੜੇ ਰਾਜ ਨੇ ਉਹ ਨਿਕਲਣਗੇ ਜਿਹੜਾ ਜਿਸ ਕਿਸਮ ਦਾ ਕਤਰਿਆਮ ਹੋਇਆ ਉਹ ਸਾਰਾ ਹੋ ਜੂ ਸਾਹਮਣੇ ਪਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂ ਜੇ ਸਮੇਤ ਸੈਣੀ ਤੇ ਉਸ ਤਰ੍ਹਾਂ ਪੁੱਛਿਆ ਜਾਵੇ ਜਿਵੇਂ ਸਾਡੇ ਬੇਕਸੂਰ ਸਿੱਖਾਂ ਦੇ ਉੱਤੇ ਕਹਿਟਾ ਆਇਆ ਜਾਂਦਾ ਜੀ ਇੱਕ ਆਖਰੀ ਸਵਾਰਾ ਸਮਾਂ ਬਹੁਤ ਘੱਟ ਆ ਇਹ ਜਿਹੜਾ ਉਮਰਾ ਨੰਗਲ ਜਦੋਂ ਆਈਜੀ ਸਨ ਜਦੋਂ ਬਰਗਾੜੀ ਦੇ ਵਿੱਚ ਗੋਲੀ ਕਾਂਡ ਹੁੰਦਾ ਉਹ ਤੋਂ ਡੀਜੀਪੀ ਸਨ ਸਮੇਤ ਸੈਣੀ ਉਹਦੇ ਵਿੱਚ ਵੀ ਇਹਨਾਂ ਦਾ ਨਾਮ ਬੋਲਦਾ ਉਹਦੇ ਕਹਿੰਦੇ ਆ ਵੀ ਜਿਹੜੇ ਅਣਪਛਾਤੀ ਪੁਲਿਸ ਸੀਗੀ ਪਰ ਜਿਹੜੇ ਉਹਨਾਂ ਦੇ ਮੁਖੀ ਸਨ ਉਹ ਤਾਂ ਪਛਾਣੇ ਗਏ ਨੇ ਫਿਰ ਉਹਨਾਂ ਤੋਂ ਪੁੱਛ ਦੱਸ ਕਰਕੇ ਕਿਉਂ ਨਹੀਂ ਜਿਹੜੇ ਉਹ ਪੁਲਿਸ ਦੀ ਬੇਕਸੂਰ ਬਾਣੀ ਪੜਦਿਆਂ ਦੇ ਉੱਤੇ ਜਿਹੜੀਆਂ ਡਾਂਗਾਂ ਵਰੀਆਂ ਜਿਹੜੀਆਂ ਗੋਲੀਆਂ ਚਲਾਈਆਂ ਉਮਰਾ ਨੰਗਲਤਾ ਹੈ ਹੀ ਹੈ ਉਹਦਾ ਮਾਸਟਰ ਮਾਈਂਡ ਸੁਮੇਧ ਸੈਣੀ ਸੁਮੇਧ ਸੈਣੀ ਦੇ ਅੰਡਰ ਸਾਰੀ ਪੁਲਿਸ ਸੀ ਤੇ ગ્રામ ਮੰਤਰੀ ਸੀਗਾ ਉਸ ਵਕਤ ਹੋਮ ਮਿਨਿਸਟਰ ਸੁਵੀਰ ਸਿੰਘ ਬਾਦਲ ਮੈਂ ਇਹਦੇ ਵਿੱਚ ਸੁਖਵੀਰ ਬਾਦਲ ਤੇ ਸੁਮੇਧ ਸੈਣੀ ਦੋਨੋਂ ਦੋਸ਼ੀ ਨੇ ਔਰ ਆਈਜੀ ਕੁੰਬਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਇਹ ਸੈਣੀ ਦਾ ਤਾਂ ਜ਼ਿਕਰ ਕਰਤਾ ਕਿ ਇਹਦੇ ਵਿੱਚ ਜਿਹੜਾ ਗੋਲੀकांड ਵਾਪਰਿਆ ਇਹ ਸਾਰਾ ਸੈਣੀ ਦੇ ਸਾਰੇ ਤੇ ਵਾਪਰਿਆ ਹੈ ਪਰ ਮੈਂ ਕਹਿੰਦਾ ਸੈਣੀ ਦੇ ਨਾਲ ਨਾਲ ਸੁਖਵੀਰ ਵੀ ਸੀਗਾ ਇਹ ਸਾਰੇ ਰਲ ਮਿਲ ਕੇ ਇਹਨਾਂ ਨੇ ਸਾਰਾ ਇਹ ਪਲੈਨਿੰਗ ਬਣਾਈ ਕਿ ਸਿੱਖਾਂ ਨੂੰ ਐਸਾ ਸਬਕ ਸਿਖਾਓ ਮੁੜ ਕੇ ਇਹ ਅੱਖ ਚੱਕ ਕੇ ਨਾ ਗੱਲ ਕਰਨ ਮੁੜ ਕੇ ਆਪਣੇ ਗੁਰੂ ਦੀ ਇੱਜ਼ਤ ਗੁਰੂ ਦੇ ਮਾਨ ਸਨਮਾਨ ਲਈ ਕਦੇ ਲੜਾਈ ਨਾ ਲੜਨ ਐਸਾ ਇਹ ਸਬਕ ਸਿਖਾਉਣਾ ਚਾਹੁੰਦੇ ਸੀ ਇਸ ਕਰਕੇ ਵੇਖਸੂਰਾਂ ਦੇ ਉੱਤੇ ਉੱਥੇ ਕਹਿਰ ਟਾਇਆ ਸੀਗਾ ਇਹਨਾਂ ਨੇ ਸੋ ਉਹ ਉਹਦੇ ਵਿੱਚ ਵੀ ਇਹ ਦੋਸ਼ੀ ਹੈ ਬਾਕੀ ਜਿੰਨੇ ਮਸਲੇ ਨੇ ਜਦੋਂ ਇਹ ਪਰਤਾਂ ਖੁੱਲਣਗੀਆਂ ਇਹਦੇ ਜਦੋਂ ਗ੍ਰਿਫਤਾਰ ਇਹਨੂੰ ਕਰਕੇ ਚੰਗੀ ਤਰ੍ਹਾਂ ਇਹਦੇ ਤੇ ਕੋਟਾ ਚੜਿਆ ਨਾ ਬੰਦਿਆਂ ਵਾਂਗੂ ਇਹਨਾਂ ਦੀ ਹੋਈ ਵੇ ਪੁੱਛਕਿਛ ਤੇ ਉੱਥੇ ਕੋਈ ਲਿਹਾਜ਼ ਨਾ ਕੀਤੀ ਜਾਵੇ ਤਾਂ ਫਿਰ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂ ਔਰ ਮੈਂ ਕਹਿੰਦਾ ਇਹ ਸਮਾਜ ਲਈ ਦੇਸ਼ ਲਈ ਲੋਕਾਂ ਲਈ ਲੋਕਤੰਤਰ ਲਈ ਇਹੋ ਜੇ ਗੁੰਡੇ ਮਸਟੰਡੇ ਜਿਹੜੇ ਆਫੀਸਰ ਨੇ ਜਿਹੜੇ ਪੁਲਿਸ ਦੀ ਵਰਦੀ 'ਚ ਉੱਚ ਰੈਂਕ ਤੇ ਰਹਿ ਕੇ ਜਿਹੜੇ ਅੱਤਵਾਦੀਆਂ ਨਾਲੋਂ ਭੈਣੀਆਂ ਕਾਰਵਾਈਆਂ ਕਰਦੇ ਨੇ ਅਸਲ ਅੱਤਵਾਦੀ ਨੇ ਇਹੋ ਜੇ ਗੁੰਡਿਆਂ ਨੂੰ ਨੱਥ ਪਾਉਣੀ ਬਹੁਤ ਜ਼ਰੂਰੀ ਹੈ ਇਹ ਦੇਸ਼ ਲਈ ਸਾਰਿਆਂ ਲਈ ਲਾਹੇਵੰਦ ਹੈ ਨਹੀਂ ਤਾਂ ਇਹਦੇ ਨਾਲ ਜੇ ਇਹੋ ਜੇ ਬੰਦੇ ਫਿਰ ਵੱਜ ਜਾਂਦੇ ਆ ਤਾਂ ਇਹ ਪੂਰੇ ਸਮਾਜ ਦੇ ਵਿੱਚ ਗਲਤ ਮੈਸੇਜ ਜਾਂਦਾ ਜਿਹੜੇ ਗੁੰਡਾ ਅਨਸਰ ਨੇ ਉਹਨਾਂ ਦੇ ਹੌਸਲੇ ਬੁਲੰਦ ਹੁੰਦੇ ਆ ਜੀ ਜੀ ਬਿਲਕੁਲ ਇਹਨਾਂ ਮਾਜੀ ਸਾਹਿਬ ਜਿਨ੍ਹਾਂ ਦੱਸਿਆ ਕਿ ਜਿਹੜਾ ਸੁਮੇਤ ਸੈਣੀਓ ਦਾ ਕਿਰਦਾਰ ਕੀ ਰਿਹਾ ਉਹਨੂੰ ਇੱਥੇ ਪੇਸ਼ ਕਿਵੇਂ ਕੀਤਾ ਗਿਆ ਉਹਨੂੰ ਫਿੱਟ ਕਿਵੇਂ ਕੀਤਾ ਗਿਆ ਉਸ ਤੋਂ ਬਾਅਦ ਇੱਕ ਮਲਤਾਨੀ ਨਹੀਂ ਕਿੰਨੇ ਮਲਤਾਨੀ ਹੋਣਗੇ ਜਿਨ੍ਹਾਂ ਤੇ ਉਹਨੇ ਅਜੇ ਹੱਤਸ਼ੱਦਤ ਕੀਤਾ ਹੋਊਗਾ ਜਿਵੇਂ ਬਰਗਾੜੀ ਦੇ ਵਿੱਚ ਗੋਲੀ ਕਾਂਢ ਦੇ ਹੁਕਮ ਤਾਂ ਉਹਦੇ ਵੱਲੋਂ ਜਾਰੀ ਹੋਣਗੇ ਜਿਹੜੀ ਅਨੁਪਛਤੀ ਪੁਲਿਸ ਦੀ ਗੱਲ ਕਰਦੇ ਨੇ ਸੁਮੇਤ ਸੈਣੀ ਤੇ ਜੇਕਰ ਘੋਟਾ ਚੜਦਾ ਏ ਜਿਵੇਂ ਇੱਕ ਸਿੱਖ ਦੇ ਨਾਲ ਫੜ ਕੇ ਉਹਨੂੰ ਘਰੋਂ ਚੱਕ ਕੇ ਉਹਦੇ ਨਾਲ ਤਸ਼ੱਦਦ ਜਿਹੜਾ ਥਾਣਿਆਂ ਦੇ ਵਿੱਚ ਕੀਤਾ ਜਾਂਦਾ ਜੇਕਰ ਇਹਦੇ ਨਾਲ ਵੀ ਉਹਨਾਂ ਕੋ ਵਿਹਾਰ ਜਾਂ 50% ਹੀ ਸ਼ਾਂਤ ਕਰ ਦੇਣ ਤਾਂ ਇਹਦੀਆਂ ਐਨੀਆਂ ਕੋ ਪਰਤਾਂ ਜਿਹੜੇ ਖੁੱਲਣ ਦੀ ਉਮੀਦ ਹੈਗੀ ਆ ਕਿ ਜਿਹੜੇ ਕੇਸਾਂ ਦੀਆਂ ਗੁਥਲੀਆਂ ਜਿਹੜੀਆਂ ਸੁਲਝ ਨਹੀਂ ਰਹੀਆਂ ਉਹ ਸੁਲਝ ਸਕਦੀਆਂ ਨੇ ਦਿਓ ਜੈਜ ਤੋਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ